ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਪੰਜਾਬ ਮਿਲ ਯੂਐਸਟੀਵੀ ਮੈਂ ਹਾਂ ਸੰਜੀਵ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਤਰਕ ਦਲੀਲ ਦੇ ਵਿੱਚ ਮੇਰੇ ਨਾਲ ਸਟੂਡੀਓਸ ਦੇ ਵਿੱਚ ਮੌਜੂਦ ਨੇ ਬਲਕਾਰ ਸਿੰਘ ਜੀ ਪੰਜਾਬ ਮਿਲ ਯੂਐਸਟੀਵੀ ਚੈਨਲ ਦੇ ਪਿਆਰੇ ਦਰਸ਼ਕੋ ਸਤਿ ਸ਼੍ਰੀ ਅਕਾਲ ਦਿਨ ਕੀ ਜੀ ਆਨੂੰ ਅੱਜ ਅਸੀਂ ਤਰਕ ਦਲੀਲ ਵਿੱਚ ਉਹਨਾਂ ਮਸਲਿਆਂ ਨੂੰ ਲਵਾਂਗੇ ਜਿਹੜੇ ਪੰਜਾਬ ਵਿੱਚ ਪਿਛਲੇ ਦਿਨਾਂ ਵਿੱਚ ਹੋਏ ਵਾਪਰੇ ਨੇ ਤੇ ਮੇਰੇ ਨਾਲ ਬੈਠੇ ਨੇ ਸੰਜੀਵ ਖੰਨਾ ਜੀ ਤੇ ਖੰਨਾ ਜੀ ਕੀ ਚਾਹਾਂਗੇ ਆਪਾਂ ਕਿ ਜਿਹੜੇ ਦਰਸ਼ਕ ਚਾਹ ਰਹੇ ਨੇ ਪਿਆ ਜਿਹੜੇ ਸਰਗਰਮ ਮਸਲੇ ਨੇ ਉਹਨਾਂ ਮਸਲਿਆਂ ਨੂੰ ਉਹਨਾਂ ਦੀ ਨਜ਼ਰ ਕਰਾਈਏ ਉਹਨਾਂ ਚ ਕਿਹੜਾ ਪਹਿਲਾ ਮਸਲਾ ਜਿਹੜਾ ਅਸੀਂ ਜਾਣਦੇ ਹਾਂ ਕਿ ਉਹ ਬਿਲਕੁਲ ਇੰਪੋਰਟੈਂਟ ਹੈ ਸਭ ਤੋਂ ਪਹਿਲਾਂ ਤਾਂ ਇਹ ਹੈ ਜੀ ਕਿ ਅਸੀਂ ਬੜੇ ਖੁਸ਼ ਹੋਏ ਸਾਰੇ ਜਾਣੇ ਕਿ ਇੱਕ ਐਮਐਲਏ ਇੱਕ ਪੈਨਸ਼ਨ ਹੋਰ ਅਦੇ ਨਾਲ ਜੋ ਖਜ਼ਾਨਾ ਹੈ ਉਹਦੇ ਉੱਤੇ ਵੀ ਬੋਝ ਘਟੇਗਾ ਔਰ ਪੰਜਾਬ ਦੇ ਪੈਸੇ ਦਾ ਸਹੀ ਇਸਤੇਮਾਲ ਹੋ ਸਕੇਗਾ ਕਿਉਂਕਿ ਇਸ ਵਕਤ ਜੋ ਵਿੱਤੀ ਸੰਕਟ ਸਾਡੇ ਉੱਤੇ ਬਣਿਆ ਹੋਇਆ ਹੈ ਪਰ ਗਵਰਨਰ ਸਾਹਿਬ ਨੇ ਰਿਜੈਕਟ ਕਰ ਦਿੱਤਾ ਉਹਦੇ ਉੱਤੇ ਸਿਗਨੇਚਰਸ ਨਹੀਂ ਕੀਤੇ ਉਹ ਕਹਿੰਦੇ ਨੇ ਤੁਸੀਂ ਪ੍ਰੋਸੀਜਰ ਫਾਲੋ ਕਰੋ ਸਭ ਤੋਂ ਪਹਿਲਾਂ ਤੁਸੀਂ ਇਹਦੇ ਉੱਤੇ ਬਿੱਲ ਪਾਸ ਕਰੋ ਠੀਕ ਹੈ ਵਿਧਾਨ ਸਭਾ ਦੇ ਵਿੱਚ ਬਿੱਲ ਪਾਸ ਹੋਏਗਾ ਉਸ ਤੋਂ ਬਾਅਦ ਇਹਦੇ ਉੱਤੇ ਐਕਸ਼ਨ ਹੋਏਗਾ ਉਸ ਤੋਂ ਬਾਅਦ ਜਾ ਕੇ ਲਾਗੂ ਹੋਏਗਾ ਫਿਰ ਜਾ ਕੇ ਇਹ ਕਾਰਗੁਜ਼ਾਰੀ ਹੋਣੀ ਹੈ ਆ ਗੱਲ ਠੀਕ ਹੈ ਕਿ ਲੋਕ ਇਸ ਤੋਂ ਬੜੇ ਖੁਸ਼ ਸੀਗੇ ਕਿ ਪੈਨਸ਼ਨ ਵੀ ਉਹਨਾਂ ਦੀ ਬੰਦ ਜਿਹੜੀ ਹੈਗੀ ਇੱਕ ਦਿੱਤੀ ਜਾਊਗੀ ਇੱਕ ਜਿਹੜਾ ਅਧਿਕਾਰੀ ਆ ਐਮ ਐਲ ਏ ਆ ਉਹਨੂੰ ਇੱਕ ਤੌਰ ਤੇ ਪੈਨਸ਼ਨ ਦਿੱਤੀ ਜਾਊਗੀ ਨਹੀਂ ਤੇ ਤਿੰਨ ਤਿੰਨ ਚਾਰ ਚਾਰ ਪੈਨਸ਼ਨਾਂ ਲੈ ਰਹੇ ਸੀਗੇ ਔਰ ਉਹਦੇ ਚ ਜਦੋਂ ਇਹਨਾਂ ਨੇ ਉਹ ਫਾਈਲ ਭੇਜੀ ਗਵਰਨਰ ਸਾਹਿਬ ਕੋ ਔਰ ਉਹਨਾਂ ਨੇ ਉਹਤੇ ਇ objection ਲਾ ਕੇ ਵਾਪਸ ਕਰਤੀ ਇਸ ਕਰਕੇ ਕੀਤੀ ਹੈ ਕਿ ਜਦੋਂ ਵਿਧਾਨ ਸਭਾ ਦਾ ਸੈਸ਼ਨ ਹੁੰਦਾ ਉਹਦੇ ਚ ਬਜ਼ਾਰਤ ਬੈਠਦੀ ਹੈ ਮਤਾ ਪਾਸ ਹੁੰਦਾ ਫਿਰ ਉਹਦੇ ਤੇ ਸਾਰਿਆਂ ਦੀ ਸਹਿਮਤੀ ਹੁੰਦੀ ਹੈ ਫਿਰ ਉਹ ਤੋਂ ਬਾਅਦ ਇਹਦੇ ਚ ਸਾਰਾ ਵਿਧਾਨ ਸਭਾ ਚ ਫਿਰ ਡਿਸਕਸ ਹੁੰਦਾ ਤੇ ਉਹਦੇ ਤੇ ਉਹ ਬਣਾ ਕੇ ਕਾਨੂੰਨ ਤੇ ਫਿਰ ਭੇਜਿਆ ਜਾਂਦਾ ਗਵਰਨਰ ਸਾਹਿਬ ਕੋ ਫਿਰ ਉਹਦੇ ਤੇ ਸਾਈਨ ਹੁੰਦੇ ਆ ਤੇ ਫਿਰ ਇੰਪਲੀਮੈਂਟ ਹੁੰਦਾ ਅਰੇ ਉਸ ਪ੍ਰੋਸੀਜਰ ਚੋਂ ਨਹੀਂ ਗੁਜ਼ਰਿਆ ਉਹਨਾਂ ਨੇ ਸਿਰ ਮੋੜਿਆ ਉਹਨਾਂ ਨੇ ਕਿਹਾ ਕਿ ਪਾਸਤਾ ਹੋ ਜਾਊਗਾ ਪਰ ਇਹਨੂੰ ਉਸ ਤਰੀਕੇ ਨਾਲ ਉਸ ਚੈਨਲ ਰਾਹੀਂ ਭੇਜੋ ਜਿਸ ਤਰ੍ਹਾਂ ਇਹ ਆਉਂਦਾ ਹੁੰਦਾ ਔਰ ਇਹਦੇ ਚ ਕਈ ਐਮਐਲਏ ਜਿਹੜੇ ਆ ਉਹ ਤਿੰਨ ਤਿੰਨ ਚਾਰ ਚਾਰ ਪੰਜਨਾ ਲੈ ਰਹੇ ਜਿਵੇਂ ਰਜਿੰਦਰ ਕੌਰ ਪਠੱਲ ਜੀ ਨੇ ਬਲਵਿੰਦਰ ਸਿੰਘ ਨੇ ਪੁੰਦਰ ਜੀ ਆ ਔਰ ਵਿਦਾਨ ਸਭਾ ਤੋਂ ਉਹਨਾਂ ਨੇ ਨਹੀਂਆਂ ਜਿਹੜੀਆਂ ਉਹਨਾਂ ਨੇ ਰਾਜ ਸਭਾ ਤੋਂ ਵੀ ਪੰਜਨਾ ਉਹ ਵੀ ਹੈਗੀਆਂ ਔਰ ਨਾਲ ਲੱਗਦੀ ਗੱਲ ਹੈ ਇਨਕਮ ਟੈਕਸ ਜਿਹੜਾ ਸੀ ਭਰਨਾ ਪੈ ਰਿਹਾ ਸਰਕਾਰ ਨੂੰ ਉਹ ਵੀ ਜੀ ਐ ਸੱਚਾ ਉਹਦੇ ਤੇ ਵੀ ਉਹਨਾਂ ਨੇ ਰੋਕ ਲਾਉਣ ਦਾ ਮਤਾ ਪਾਸ ਕੀਤਾ ਔਰ ਇਹਦੇ ਚ ਸੋਚਿਆ ਗਿਆ ਸੀਗਾ ਸਰਕਾਰਾਂ ਨੂੰ ਕਿ ਪੈਸਾ ਬਹੁਤ ਬਚਣਾ ਸੀਗਾ ਕਿਉਂਕਿ ਇਹ ਹੁਣ ਇੱਕ ਵਾਰੀ ਤਾਂ ਮਿਲਦਾ ਠੀਕ ਹੈਗਾ 1 ਮੈਨ 1 ਪੈਨਸ਼ਨ ਤਾਂ ਆਰਮੀ ਚ ਵੀ ਜਿਹੜੇ ਸਰਾਦਾਂ ਦੇ ਵਿਚਾਰੇ ਬਨੂਕਾ ਚਲਾਉਂਦੇ ਆ ਤੇ ਦੁਸ਼ਮਣ ਨਾਲ ਟੱਕਰ ਲੈਂਦੇ ਆ ਇਹ ਤੇ ਬੈਠੇ ਚੰਡੀਗੜ੍ਹ ਐਮ ਐਲ ਏ ਹੋਸਟਲ ਚ ਰਹੇ ਆ ਵਾਈਜਾਂ ਤੇ ਹੋਟੇਲੇ ਆ ਔਰ ਲੋਕਾਂ ਨੂੰ ਬਿਆਨਬਾਜ਼ੀ ਕਰਕੇ ਤੇ ਭਾਸ਼ਣ ਦਿੱਤੇ ਆ ਔਰ ਇਹਨਾਂ ਨੇ ਉਹ ਕੰਮ ਨਹੀਂ ਕੀਤੇ ਜੋ ਲੋਕ ਸਰਹੱਦਾਂ ਦੇ ਬੈਠ ਕੇ ਸਾਡੇ ਫੌਜੀ ਵੀਰ ਕਰ ਰਹੇ ਆ ਜਾਂ ਪੁਲਿਸ ਅਫਸਰ ਵਿਚਾਰੇ ਸਾਰੀ ਜਿਹੜੀ ਚੌਕ 'ਚ ਮਿੱਟੀ ਘਟੇ 'ਚ ਲੱਗੇ ਰਹਿੰਦੇ ਆ ਔਰ ਇਹ ਜਿਹਨਾਂ ਨੂੰ ਇਹ ਸਭ ਨਾਲ ਤਾਂ ਮਿਲਣੀ ਇੱਕ ਹੀ ਚਾਹੀਦੀ ਸੀ ਇਹ ਬੜਾ ਵੱਡਾ ਪਹਿਲੂ ਆਰ ਵੱਡਾ ਡਿਸੀਜਨ ਆ ਮਾਨ ਸਰਕਾਰ ਲਈ ਇਹਨਾਂ ਨੇ ਲੈ ਲਿਆ ਪਰ ਇਸ ਤੋਂ ਪਹਿਨ ਬੜੀਆਂ ਜਾਂਚਾਂ ਲੋਕਾਂ ਨੇ ਧਾਇਰ ਕੀਤੀਆਂ ਔਰ ਪੋਸਟਾਂ ਵੀ ਪਾਈਆਂ ਇਹਦੇ ਤੇ ਫੇਸਬੁੱਕ ਤੇ ਪਰ ਦੇਖੋ ਜਦੋਂ ਕੋਈ ਗੱਲ ਉੱਠਦੀ ਆ ਤੁਆ ਨਿਕਲਦਾ ਫਿਰ ਭਵਾਕਾ ਬਣਦਾ ਤੋਖ ਦੀਆ ਗਦਾ ਇਹ ਹੌਲੀ 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 ਮੁੜ ਕੇ ਉਹ ਗੱਲ ਬਣ ਗਈ ਪਰ ਹੁਣ ਇਹ ਪੂਰੀ ਹੋਣ ਦੇ ਨੇੜੇ ਪਹੁੰਚ ਗਈ ਉਹ ਗਵਰਨਰ ਸਾਹਿਬ ਨੇ ਕਿਹਾ ਤਾਂ ਕਿ ਉਹ ਵਾਪਸ ਦੁਬਾਰਾ ਆ ਕੇ ਜਦੋਂ ਇਹਨਾਂ ਦਾ ਹੁਣ ਬਜਟ ਦੀ ਮੀਟਿੰਗ ਹੋਗੀ ਹੁਣ ਮੇਰਾ ਖਿਆਲ ਜਿਹਦਾ ਆ ਆ ਰਿਹਾ ਹੈ ਨਾ ਉਹ ਕੋ ਬਜਟ ਦਾ ਬਜਟ ਪਹਿਲੇ ਜਿਉਂ ਤੋਂ ਲਾਗੂ ਹੋਣਾ ਉਹਦੇ ਨਾਲ ਇਹਨਾਂ ਦੁਬਾਰਾ ਪੁਟ ਅਪ ਕਰਨਗੇ ਕਿਉਂਕਿ ਸੈਸ਼ਨ ਫਿਰ ਬੈਠਣਾ ਔਰ ਇਹ ਗੱਲ ਜਿਹੜੀ ਹੈ ਲੋਕਾਂ ਲੋਕਾਂ ਨੂੰ ਖੁਸ਼ ਕੀਤਾ ਲੋਕਾਂ ਨੇ ਕਿ ਇਹ ਇਸ ਕਰਕੇ ਕਿ ਜਿਹੜੇ ਪੈਸੇ ਵੇ ਲੜਾ ਉਹ ਪੈਸਾ ਖਾਈ ਜਾਂਦੇ ਸਾਰੇ ਪਾਸੇ ਔਰ ਉਹਦੇ ਤੇ ਕਈ ਤਰ੍ਹਾਂ ਦੀ ਪੈਨਸ਼ਨ ਆਵਾ ਕੋਠੀਆਂ ਵੀ ਨਹੀਂ ਛੱਡ ਰਹ ਜਿਹੜੀਆਂ ਹੁਣ ਅੱਜ ਤਾਂ ਵੈਸੇ ਭਗਵੰਤ ਮਾਨ ਨੇ ਆਪਣੀ ਕੋਟੀ ਛੱਡਤੀ ਆ ਐਜ ਐਮਪੀ ਜਿਹੜੀ ਇਹ ਕੋਸ਼ਿਸ਼ ਕੀਏ ਜ਼ਰੂਰ ਤਾਂ ਐਮਪੀ ਸੀ ਕੇ ਉੱਤੇ ਹੁਣ ਦੁਬਾਰਾ ਨਾਮਜ਼ਦ ਪੇਪਰ ਹੋਏ ਆ ਜਿੰਨੀ ਚੋਣਾ ਸ਼ੁਰੂ ਹੋ ਗਈਆਂ ਪਰ ਉਹਨਾਂ ਨੇ ਆਪਣੀ ਰਹਿਸ਼ ਛੱਡ ਦਿੱਤੀ ਕਿਉਂਕਿ ਹੁਣ ਤਾਂ ਰਹਿਸ਼ ਉਹਨਾਂ ਕੋ ਵੱਡੀ ਆ ਗਈ ਹੁਣ ਤਾਂ ਮੁੱਖ ਮੰਤਰੀ ਵਾਲੀ ਵੱਡੀ ਰਹਿਸ਼ ਆ ਜਿੱਥੇ ਬਾਦਲ ਸਾਹਿਬ ਬੈਠਦੇ ਰਿਹਾ ਆਪਣੇ ਕੈਪਟਨ ਅਮਰਿੰਦਰ ਸਿੰਘ ਬੈਠਦੇ ਰਿਹਾ ਹੁਣ ਅੱਜ ਕੱਲ ਉਹ ਉਹਨਾਂ ਕੋਲ ਆ ਔਰ ਜੇ ਉਹ ਵੀ ਇਹੀ ਰੱਖੀ ਫਿਰਨ ਤੇ ਇਧਰ ਵੀ ਰੱਖਣ ਉਧਰ ਵੀ ਪੱਕੇ ਚੈਨਲ ਉਧਰ ਵੀ ਸਿਕਿਉਰਿਟੀ ਰਵੇ ਇਹ ਗੱਲ ਬਿਲਕੁਲ ਕਿ ਭਗਵੰਤ ਮਾਨ ਨੇ ਗੱਲ ਵਧੀਆ ਕੀਤੀ ਤੇ ਲੋਕਾਂ ਨੇ ਇਸ ਗੱਲ ਤੇ ਫੁੱਲ ਛੜਾਏ ਕਿ ਗੱਲ ਅੱਛੀ ਹੈ ਕਿਸੇ ਸਿਸਟਮ ਚ ਤੇ ਹੈਗੀ ਆ ਨਾ ਇਹ ਨਹੀਂ ਕਹਿੰਦਾ ਕਿ ਜਿਹਦਾ ਹੱਥ ਅੱਗੇ ਪੈਂਦਾ ਤੋ ਵੱਤੋ ਵੱਤ ਬਿਲਡਿੰਗਾਂ ਵੀ ਆਪਣੇ ਅਧਿਕਾਰ ਚ ਰੱਖ ਲੈ ਸਿਕਿਉਰਿਟੀ ਵੀ ਰੱਖ ਲੈ ਠਾਠ ਠਾਠ ਚੱਲ ਚੱਲੀ ਬੰਦੇ ਸਿਕਿਉਰਿਟੀ ਵਾਲੇ ਬੈਠੇ ਹੁੰਦੇ ਆ ਈਵਨ ਨੋਜੋ ਸਿੱਧੂ ਜੀ ਅੱਜਕੱਲ ਜੀਐਲ ਚ ਹੈ ਤਾਂ ਉਹਨਾਂ ਕੋ ਸਿਕਿਉਰਿਟੀ ਉਸੇ ਤਰ੍ਹਾਂ ਦੀ ਉਹਨਾਂ ਕੋ ਵੀ ਸਾਰੀਆਂ ਉਸੇ ਤਰ੍ਹਾਂ ਦੀ ਸਰਕਾਰੀ ਇਮਾਰਤਾਂ ਆ ਗਈਆਂ ਹੁਣ ਉਹਨਾਂ ਦੇ ਖਾਣੇ ਦੇ ਬਾਰੇ ਇੰਨੀ ਚਰਚਾ ਹੁੰਦੀ ਆ ਦੇਖ ਰਹੋ ਤੇ ਕਿੰਨੇ ਲੋਕ ਐਡਮਿਟ ਆ ਕਿੰਨੇ ਲੋਕ ਜੇਲ੍ਹ ਚ ਬੰਦ ਹੈ ਗਿਆ ਕਿਸੇ ਦਾ ਜ਼ਿਕਰ ਨਹੀਂ ਹੁੰਦਾ ਔਰ ਉੱਤੇ ਸਿੱਧੂ ਸਿੱਧੂ ਜੀ ਫਿਰ ਹੁੰਦੀ ਹੈ ਜੋ ਸਿੱਧੂ ਜੀ ਦਾ ਅੱਜ ਅਲਰਜੀ ਹੋ ਗਈ ਉਹ ਕਣਕ ਦੀ ਰੋਟੀ ਨਹੀਂ ਖਾ ਸਕਣਗੇ ਹੁਣ ਉਹ ਪਨੀਰ ਨਹੀਂ ਖਾਣਗੇ ਉਹਨੂੰ ਸਲਾਦ ਖਾਂਦੇ ਆ ਇਹ ਹਰ ਚੀਜ਼ ਨੂੰ ਚੈਨਲ ਔਰ ਲੋਕ ਔਰ ਪ੍ਰਿੰਟ ਮੀਡੀਆ ਇਸ ਤਰ੍ਹਾਂ ਖਡਾਉਣਾ ਬਣਾਉਂਦਾ ਉਹਦੀ ਵਿੱਚੀਆਂ ਪਾਉਂਦੇ ਰਹਿੰਦੇ ਇਹ ਗੱਲ ਆਂਦੀ ਹੈ ਆਥੈਂਟਿਸਿਟੀ ਹੋਣੀ ਚਾਹੀਦੀ ਖਬਰ ਚ ਕਿ ਉਹ ਜੋ ਸਿੱਧੂ ਇੱਕ ਸਾਲ ਦੀ ਹੈਗੀ ਉਹ ਦਿੱਤੇ ਔਰ ਪਹਿਲੋਂ ਚੈਨਲਾਂ ਨੇ ਉਹ ਉੱਤੇ ਤਵਾਲ ਆਇਆ ਉਹਦੇ ਤੇ ਉਹ ਜੀ ਹੁਣ ਉੱਥੇ ਅਜਕਲ ਅਰੈਸਟ ਹੋ ਗਏ ਆ ਉਹਨਾਂ ਨੂੰ ਹੁਣ ਆ ਸਜ਼ਾ ਮਿਲਣੀ ਆ ਉਹ ਉਹਨਾਂ ਨੇ ਅੰਦਰ ਚਲੇ ਗਿਆ ਹੁਣ ਉਹ ਖਾਣਾ ਨਹੀਂ ਖਾ ਰਹੇ ਅਜਕਲ ਉਹ ਮੈਡੀਕਲ ਦੇ ਤੌਰ ਤੇ ਅੰਦਰ ਗਏ ਆ ਡਾਕਟਰਾਂ ਦੀ ਸਲਾਹ ਵਾ ਉਹ ਅਸੀਂ ਬਾਤ ਦਾ ਬਤੰਗੜ ਇੰਨਾ ਵੱਡਾ ਬਣਾਉਣਾ ਨਵਜੋਸੇ ਤੋਂ ਪੰਜਾਬ ਦਾ ਹੀ ਬੰਦਾ ਹੈਗਾ ਕ੍ਰਿਕਟਰ ਦਾ ਵੱਡਾ ਖਿਡਾਰੀ ਹੈਗਾ ਕੋਈ ਨਵੀਂ ਚੀਜ਼ ਚ ਆਇਆ ਨਹੀਂ ਕਿ ਬਾਹਰੋਂ ਜੰਗਲ ਤੋਂ ਫੜ ਕੇ ਲਿਆਦਾ ਆਪਣਾ ਮੁੰਡਾ ਆਪਣੇ ਪੰਜਾਬ ਦਾ ਹੀ ਔਰ ਉਸ ਨੂੰ ਇਸ ਗੱਲ ਨੂੰ ਉਹਨੂੰ ਐਸਾ ਵੱਡਾ ਵੱਡਾ ਬਣਾਉਂਦੇ ਬਾਤ ਦਾ ਬਤੰਗੜ ਇਹ ਜਿਹੜੀਆਂ ਗੱਲਾਂ ਜੜੀਆਂ ਹੈਗੀਆਂ ਸਾਡੀ ਪੋਲਿਟਿਕਸ ਤੇ ਸਾਡੇ ਲੋਕਾਂ ਚ ਸਾਡੀ ਇਜ਼ਹਨੀਅਤ ਚ ਫਸ ਗਈਆਂ ਗੱਲ ਹੈ ਸਰ ਕਿ ਆਪਾਂ ਜਿਹੜੀ ਗੱਲ ਦੇ ਉੱਤੇ ਫੋਕਸ ਕਰ ਰਹੇ ਆ ਉਹ ਇਹ ਹੈ ਕਿ ਜਿਹੜਾ ਗਵਰਨਰ ਸਾਹਿਬ ਨੇ ਰਿਜੈਕਟ ਕੀਤਾ ਜੀ ਹੁਣ ਇਹ ਮਸਲਾ ਤੇ ਬਹੁਤ ਇੰਪੋਰਟੈਂਟ ਆ ਆ ਔਰ ਪੰਜਾਬ ਦੇ ਵਾਸਤੇ ਇਸ ਤੋਂ ਇੰਪੋਰਟੈਂਟ ਇਸ ਵੇਲੇ ਹੋਰ ਕੋਈ ਮਸਲਾ ਨਹੀਂ ਹੈ ਹੁਣ ਇਹ ਪ੍ਰੋਸੈਸ ਦੇ ਵਿੱਚ ਕਿਤੇ ਇਹ ਨਾ ਹੋਵੇ ਕਿ ਕੁਝ ਹੋਰ ਦਾ ਹੋਰ ਬਣ ਜਾਏ ਤੇ ਇਹ ਡਿਸੀਜਨ ਵੀਕ ਹੋ ਜਾਏ ਸੋ ਠੀਕ ਹੈ ਗਵਰਨਰ ਸਾਹਿਬ ਨੇ ਸੰਵਿਧਾਨ ਦੇ ਮੁਤਾਬਿਕ ਰੂਲਸ ਦੇ ਮੁਤਾਬਿਕ ਜੋ ਪ੍ਰੋਟੋਕਾਲ ਹੈ ਉਹਦੇ ਮੁਤਾਬਿਕ ਜੋ ਪ੍ਰੋਸੈਸ ਨੂੰ ਫੋਲੋ ਕਰਨ ਵਾਸਤੇ ਕਿਹਾ ਹੈ ਉਹ ਆਪਣੀ ਜਗ੍ਹਾ ਠੀਕ ਨਹੀਂ ਉਹਨਾਂ ਨੇ ਇਹ ਕਿਹਾ ਹਮ ਹੁਣ ਦੂਸਰੀ ਗੱਲ ਇਹ ਹੈ ਕਿ ਇਹ ਢਿੱਲ ਨਹੀਂ ਹੋਣੀ ਚਾਹੀਦੀ ਇਹ ਇਸ ਕੰਮ ਨੂੰ ਢਿੱਲਾ ਨਹੀਂ ਪੈਣ ਦੇਣਾ ਚਾਹੀਦਾ ਸੀਐਮ ਸਾਹਿਬ ਨੂੰ ਇਹ ਹੁਣ ਡੰਕੇ ਦੀ ਛੋਟ ਦੇ ਉੱਤੇ ਕੰਮ ਕਰਨਾ ਚਾਹੀਦਾ ਨਾ ਗੱਲ ਠੀਕ ਹੈ ਕਿਉਂਕਿ ਪੰਜਾਬ ਦੇ ਲੋਕ ਜਿਹੜੇ ਨੇ ਉਹਨਾਂ ਨੇ ਕੋਈ ਇੰਨਾ ਵਿਧਾਇਕਾਂ ਦਾ ਕਰਜ਼ਾ ਨਹੀਂ ਦੇਣਾ ਬਿਲਕੁਲ ਸਹੀ ਗੱਲ ਹੈ ਕਿ ਅਸੀਂ ਆਪਣੀਆਂ ਮਿਹਨਤਾਂ ਕਰ ਕਰਕੇ ਤੇ ਇਹਨਾਂ ਦੇ ਘਰ ਭਰੀ ਜਾਈਏ ਅਸੀਂ ਆਪਣੀਆਂ ਮਿਹਨਤਾਂ ਕਰ ਕਰਕੇ ਇਹਨਾਂ ਦੇ ਬਿੱਲ ਪੇ ਕਰੀਏ ਹੂੰ ਇਹਨਾਂ ਦੇ ਬਿੱਲ ਅਸੀਂ ਪੇ ਕਰਦੇ ਪਏ ਆ ਔਰ ਇਹ ਸਾਡੀ ਮਿਹਨਤ ਦੇ ਉੱਤੇ ਐਸ਼ ਕਰਦੇ ਪਏ ਨੇ ਔਰ ਕੰਮ ਕੀ ਕਰਦੇ ਪਏ ਨੇ ਉਹ ਸਾਹਮਣੇ ਨੇ ਪਹਿਲੋਂ ਗੱਲ ਤੁਹਾਡੀ ਸਹੀ ਹੈ ਜਿਹੜੇ ਪਹਿਲੋਂ ਤੇ ਇਹਨਾਂ ਨੇ ਕੰਮ ਕੀਤੇ ਆ ਨਾ ਐਡ ਪ੍ਰੈਜ਼ੈਂਟ ਡਾਕਟਰ ਵਿਜੇ ਸਿੰਘਲਾ ਜੀ ਦੇ ਕੇਸ ਹੋ ਗਿਆ ਔਰ ਜਿਹੜੇ ਪਹਿਲੇ ਮੰਤਰੀ ਰਹੇ ਜਾਂ ਜਾਂ ਪਹਿਲੇ ਪੋਰਟਫੋਲੀ ਰਹੇ ਉਹਨਾਂ ਚ ਵੀ ਬੜੀਆਂ ਇਸ ਤਰ੍ਹਾਂ ਦੀਆਂ ਉਹਨਟਾਈਆਂ ਰਹੀਆਂ ਕੰਮ ਇਦਾਂ ਦੇ ਕਰਕੇ ਉਧਰੋਂ ਵੀ ਪੈਸਾ ਕਮਾ ਕੇ ਟੈਂਡਰਾਂ 'ਚੋਂ ਪੈਸਾ ਕਮਾ ਕੇ ਫਿਰ ਪੈਨਸ਼ਨ ਫਿਰ ਚਾਰ-ਚਾਰ ਪੈਨਸ਼ਨਾਂ ਫਿਰ ਪੈਸਾ ਇਹਨਾਂ ਦੇ ਕੋਲ ਬੱਚੇ ਪੜ ਰਹੇ ਤਾਂ ਨਹੀਂ ਨਾਲ ਗਵੰਢ ਵੀ ਪਾਲ ਰਹੇ ਹੁਣ ਇੱਥੇ ਇੱਕ ਜੁੱਟ ਹੋਣਾ ਚਾਹੀਦਾ ਜਨਤਾ ਨੂੰ ਆ ਪੰਜਾਬ ਦੇ ਲੋਕਾਂ ਨੂੰ ਇੱਕ ਜੁੱਟ ਹੋ ਕੇ ਖੜਾ ਹੋਣਾ ਚਾਹੀਦਾ ਔਰ ਸੀਐਮ ਸਾਹਿਬ ਦੇ ਉੱਤੇ ਔਰ ਸਾਰੇ ਕੈਬਨਿਟ ਦੇ ਉੱਤੇ ਪ੍ਰੈਸ਼ਰ ਪਾਣਾ ਚਾਹੀਦਾ ਕਿ ਤੁਸੀਂ ਇਹ ਫੈਸਲਾ ਲਵੋ ਔਰ ਇਸ ਫੈਸਲੇ ਨੂੰ ਪੂਰੀ ਤਰ੍ਹਾਂ ਲਵੋ ਤਾਂ ਕਿ ਪੰਜਾਬ ਦੇ ਲੋਕਾਂ ਦਾ ਸ਼ੋਸ਼ਣ ਹੋਣ ਤੋਂ ਬਚ सके ਕਿਉਂਕਿ ਇਹ ਪੰਜਾਬ ਦੇ ਲੋਕਾਂ ਦਾ ਸ਼ੋਸ਼ਣ ਹੋ ਰਿਹਾ ਹੈ ਹੋਰ ਕੁਝ ਨਹੀਂ ਹੋ ਰਿਹਾ ਪੰਜਾਬ ਦੇ ਲੋਕਾਂ ਨੂੰ ਬਚਾਓ ਪੰਜਾਬ ਨੂੰ ਬਚਾਓ ਰੱਬ ਦਾ ਵਾਸਤਾ ਹੈ ਤੁਸੀਂ ਇਸ ਮਸਲੇ ਦੇ ਉੱਤੇ ਪੱਕਾ ਫੈਸਲਾ ਲਵੋ ਔਰ ਡਿਸਾਈਡ ਕਰੋ ਔਰ ਵਾਕਈ ਇੱਕ ਬੰਦੇ ਨੂੰ ਇੱਕ ਪੈਨਸ਼ਨ ਮਿਲਣੀ ਚਾਹੀਦੀ ਆ ਸਭ ਨੂੰ ਰੋਟੀ ਚਾਹੀਦੀ ਹੈ ਰਜਮੀ ਖਾਣ ਵਾਸਤੇ ਇਹ ਨਹੀਂ ਕਿ ਇਹਨਾਂ ਨੂੰ 4-4 ਪੈਨਸ਼ਨਸ ਔਰ ਬਾਕੀਆਂ ਨੂੰ ਦਿਹਾੜੀ 200 ਰੁਪਈਆ 300 ਰੁਪਈਆ ਕਿਉਂ ਬਈ ਉਹਨਾਂ ਦਾ ਢਿੱਡ ਨਹੀਂ ਲੱਗਾ ਹੋਇਆ ਉਹਨੂੰ ਪਰਮਾਤਮਾ ਨੇ ਉਹਨੂੰ ਵੀ ਭੇਜਿਆ ਸੰਸਾਰ ਦੇ ਵਿੱਚ ਉਹਦੇ ਵੀ ਸੁਪਨੇ ਨੇ ਉਹਨੂੰ ਵੀ ਰਜਮੀ ਰੋਟੀ ਮਿਲਣੀ ਚਾਹੀਦੀ ਔਰ ਵਧੀਆ ਰੋਟੀ ਮਿਲਣੀ ਚਾਹੀਦੀ ਹੈ ਇਸ ਕਰਕੇ ਇਸ ਫੈਸਲੇ ਦੇ ਉੱਤੇ ਤੁਸੀਂ ਡਟ ਕੇ ਆਪਣਾ ਪੂਰਾ ਡਿਸੀਜਨ ਲਵੋ ਔਰ ਇਸ ਫੈਸਲੇ ਨੂੰ ਤੁਸੀਂ ਲਾਗੂ ਕਰਵਾਓ ਵਿਧਾਨ ਸਭਾ ਚ ਪਾਸ ਕਰਵਾਓ ਬਿੱਲ ਔਰ ਇਸ ਨੂੰ ਲਾਗੂ ਕਰਵਾਓ 100% ਤਾਂ ਕਿ ਪੰਜਾਬ ਦੇ ਲੋਕਾਂ ਦਾ ਸ਼ੋਸ਼ਣ ਹੋਣ ਤੋਂ ਬਚੇ ਤੇ ਪੰਜਾਬ ਦੇ ਲੋਕ ਵੀ ਰਜਮੀ ਰੋਟੀ ਖਾਣ ਤੇ ਆਪਣੀ ਵਧੀਆ ਰੋਟੀ ਖਾਣ ਵਧੀਆ ਜ਼ਿੰਦਗੀ ਜੀਉਣ ਤੇ ਆਪਣਾ ਹੁਣ ਰੋਜ਼ਗਾਰ ਵੀ ਮਿਲਣ ਤੇ ਆਪਣੇ ਕੰਮ ਵੀ ਕਰਨ ਬਰੇ ਬਰੇ ਖਿਆਲ ਆ ਜਿਹੜਾ ਇਹਨ ਪ੍ਰੋਪਰ ਚੈਨਲ ਰਾਹੀਂ ਨਹੀਂ ਭੇਜਿਆ ਜਿਸ ਤਰ੍ਹਾਂ ਲੋਕ ਸਭਾ ਚ ਹੁੰਦਾ ਰਾਜ ਸਭਾ ਚ ਜਿਹੜਾ ਮਸਲਾ ਇੱਕ ਵਾਰ ਡਿਸਕਸ ਹੁੰਦਾ ਦੋਵਾਂ ਚੈਂਬਰਾਂ ਚ ਉਹਨੂੰ ਫਾਈਨਲ ਕੀਤਾ ਜਾਂਦਾ ਸਹਿਮਤੀ ਹੁੰਦੀ ਹੈ ਕੈਬਨਿਟ ਮੰਤਰੀ ਮੰਡਲ ਬੈਠਦਾ ਫਿਰ ਰਾਸ਼ਟਰਪਤੀ ਕੋ ਜਾਂਦਾ ਰਾਸ਼ਟਰਪਤੀ ਤੋਂ ਬਾਅਦ ਫਿਰ ਉਹ ਜਦੋਂ ਅਪਰੂਵਲ ਮਿਲ ਕੇ ਆ ਜਾਂਦਾ ਫਿਰ ਕਾਨੂੰਨ ਬਣਦਾ ਇਹੀ ਪ੍ਰੋਸੀਜਰ ਵਿਧਾਨ ਸਭਾ ਜਿਵੇਂਗਾ ਇਹਨਾਂ ਸਿੱਧਾ ਹੀ ਫਾਈਲ ਉੱਥੇ ਭੇਜ ਦਿੱਤੀ ਉਹਨਾਂ ਨੂੰ ਕੋਈ ਮੁਨਕਰ ਨਹੀਂ ਉਹਨਾਂ ਨੂੰ ਕੋਈ ਰੋਕਾਵਟ ਨਹੀਂ ਹੈ ਪ੍ਰੋਸੈਸ ਉਹਨਾਂ ਨੇ ਕਿਹਾ ਕਿ ਉਹਦੇ ਵਿੱਚ ਵਿਧਾਨ ਸਭਾ ਚ ਮਦਦ ਕਰਕੇ ਉਹਦੇ ਚੋਂ ਨੂੰ ਪੂਰੇ ਸਹਿਮਤੀ ਲੈ ਕੇ ਉਹਨਾਂ ਦੀ ਸਹਿਮਤੀ ਲੈ ਕੇ ਸਾਰਿਆਂ ਦੇ ਸਾਈਨ ਕਰਾ ਕੇ ਕਿਉਂਕਿ ਇਹਨਾਂ ਦੀ ਮੈਜੋਰਿਟੀ ਤੇ ਇਹਨਾਂ ਦੀ ਕਿਉਂਕਿ ਉਸ ਵਿੱਚ ਵਿਰੋਧ ਤਾਂ ਨਹੀਂ ਕੋਈ ਹੋਊਗਾ ਕਿਉਂਕਿ ਬੰਦੇ ਬੰਦੇ ਤੇ ਨਾ ਦੇ ਆਪਣੇ ਬੈਠੇ ਹੈਗੇ ਆ ਮੰਤਰੀ ਇਹਨਾਂ ਦੇ ਹੈਗੇ ਆ ਰੁਕਾਵਟ ਵਾਲਾ ਕੋਈ ਮਤਲਬ ਨਹੀਂ ਹੋਊਗਾ ਕਿਉਂਕਿ ਹੁਣ ਵੈਸੇ ਸਾਰੇ ਸਹਿਮਤ ਹੈਗੇ ਆ ਜੇ ਜਿਹੜੀ ਆਪੋਜੀਸ਼ਨ ਆ ਉਹ ਵੀ ਸਹਿਮਤ ਹੈ ਜੀ ਸਹਿਮਤ ਹੈ ਗਿਆ ਉਹਨਾਂ ਨੂੰ ਇਹ ਇਹ ਗੱਲ ਹੈ ਗਿਆ ਕਿ ਇਹ ਲੋਕਾਂ ਦੇ ਲਈ ਬਣਾਇਆ ਗਿਆ ਲੋਕ ਇਹਦੇ ਤੇ ਖੁਸ਼ ਨਹੀਂ ਜੇ ਇਹਦੀ ਵਿਰੋਧਤਾ ਆਈ ਜੇ ਵਰਨਰ ਵੀ ਨਹੀਂ ਕਰੂਗਾ ਵਰਨਨਿਤ ਕਰਨਾ ਨਹੀਂ ਬਿਲਕੁਲ ਕਰਨੇ ਵੀ ਨਹੀਂ ਹੈ ਹੁੰਦਾ ਨੇ ਕਿਉਂਕਿ ਇਹ ਇੱਕ ਸਹੀ ਮਸਲਾ ਹੈ ਔਰ ਇਹਦਾ ਸਪੀਡੀ ਡਿਸਪੋਜ਼ਲ ਹੋਣਾ ਚਾਹੀਦਾ ਪਰ ਇਹ ਤਾਂ ਤੁਸੀਂ ਗੱਲ ਠੀਕ ਹੈ ਵੀ ਛੇਤੀ ਤੋਂ ਛੇਤੀ ਜਿੰਨੀ ਛੇਤੀ ਹੋ ਜੇ ਕੀ ਕੀਤਾ ਜਾਵੇ ਕਿਉਂਕਿ ਨਹੀਂ ਤਾਂ ਹਰ ਮਹੀਨੇ ਤਾਂ ਉਹਨਾਂ ਦੀ ਪੈਨਸ਼ਨ 3-3 4-4 ਲੱਖ ਜਾ ਰਹੀ ਹੈ ਜਾ ਰਹੀ ਹੈ ਉਹ ਤਾਂ ਉਹਨਾਂ ਦੇ ਜੇਬ ਚੋਂ ਨਹੀਂ ਆਉਣੇ ਫਿਰ ਪੈਨਸ਼ਨ ਤੋਂ ਬਾਅਦ ਉਹਨਾਂ ਦੇ ਨਾਲ ਜਿਹੜੇ ਉਹ ਇਨਕਮ ਟੈਕਸ ਦਾ ਵੀ ਅੱਜਕੱਲ ਚੱਲ ਰਿਹਾ ਮਾਰਚ ਤੋਂ ਅੱਗੇ ਸ਼ੁਰੂ ਹੋ ਗਿਆ ਨਵਾਂ ਸਾਲ ਤੇ ਉਹ ਵੀ ਇਹਨਾਂ ਦਾ ਦੇਣਾ ਪੈਣਾ ਉਹ ਵੀ ਪੈਸਾ ਬਚੂਗਾ ਇਹ ਚੀਜ਼ਾਂ ਜੜੀਆਂ ਹੈਗੀਆਂ ਇਹਨਾਂ ਨੂੰ ਕੁਇਕਲੀ तरीके ਨਾਲ ਇਹਦਾ ਸਮਾਧਾਨ ਕਰਨਾ ਚਾਹੀਦਾ ਬਿਲਕੁਲ ਸਮਾਧਾਨ ਕਰਨਾ ਚਾਹੀਦਾ ਹੈ ਤੇ ਹੁਣ ਆਪਾਂ ਲੈਨੇ ਆ ਸੁਪਰੀਮ ਕੋਰਟ ਦੀ ਜਿਹੜੀ ਜਜਮੈਂਟ ਆਈ ਹੈ ਇੰਡੀਆ ਦੇ ਵਿੱਚ ਜਿਹੜੇ ਸੈਕਸ ਵਰਕਰਸ ਨੇ ਉਹ ਕੰਮ ਕਰ ਰਹੀਆਂ ਨੇ ਜੋ ਉਹਨਾਂ ਦੇ ਵਾਸਤੇ ਕਿ ਉਹ ਅੱਗੇ ਹੀ ਬਹੁਤ ਹਾਲਾਤ ਦਾ ਸ਼ਿਕਾਰ ਨੇ ਜੀ ਔਰ ਕਿਸੇ ਤਰ੍ਹਾਂ ਨਾਲ ਆਪਣਾ ਜ਼ਿੰਦਗੀ ਜੀ ਰਹੀਆਂ ਨੇ ਮਜਬੂਰੀ ਦਾ ਕਰਕੇ ਪਰਿਵਾਰ ਦੀ ਵੀ ਜ਼ਿੰਦਗੀ ਚਲਾ ਰਹੀਆਂ ਨੇ ਤੇ ਉਹਨਾਂ ਦੇ ਖਿਲਾਫ ਕੋਈ ਸਖਤੀ ਨਾ ਚੁੱਕੀ ਜਾਏ ਕੋਈ ਐਸਾ ਕਦਮ ਨਾ ਚੁੱਕਿਆ ਜਾਏ ਪ੍ਰਸ਼ਾਸਨ ਨੂੰ ਹਦਾਇਤਾਂ ਦਿੱਤੀਆਂ ਨੇ ਸੁਪਰੀਮ ਕੋਰਟ ਨੇ ਸੋ ਠੀਕ ਹੈ ਮੂਵ ਹੈ ਜੋ ਹਾਲਾਤ ਬਣੇ ਹੋਏ ਨੇ ਪਰ ਦੇਖੋ ਅਸੀਂ ਇੱਕ ਪਾਸੇ ਚਲੋ ਹੁਣ ਕੀ ਕੀਤਾ ਜਾਏ ਕਿਉਂਕਿ ਜੇ ਅਸੀਂ ਇਤਿਹਾਸ ਵੀ ਦੇਖੀਏ ਪਿਛੋਕੜ ਵੀ ਦੇਖੀਏ ਉਦੋਂ ਵੀ ਸੈਕਸ ਵਰਕਰਸ ਦਾ ਜ਼ਿਕਰ ਮਿਲਦਾ ਹੈ ਸਾਨੂੰ ਪੁਰਾਣੇ ਗ੍ਰੰਥਾਂ ਚ ਵੀ ਮਿਲਦਾ ਸੋ ਇੱਕ ਪਾਸੇ ਅਸੀਂ ਔਰਤ ਦੀ ਇੱਜ਼ਤ ਕਰਨ ਵਾਲੀ ਗੱਲ ਕਰਦੇ ਹਾਂ ਦੂਜੇ ਪਾਸੇ ਇਹ ਹਦਾਇਤਾਂ ਜਾਰੀ ਹੁੰਦੀਆਂ ਨੇ ਸੈਕਸ ਵਰਕਰਸ ਵਾਸਤੇ ਔਰ ਤੁਸੀਂ ਦੇਖੋ ਕਈ ਕਲੱਬਸ ਵੀ ਐਸੇ ਨੇ ਜਿੱਥੇ ਡਾਂਸੇਸ ਵੀ ਹੁੰਦੇ ਨੇ ਹੂੰ ਹੂੰ ਠੀਕ ਹੈ ਨਾ ਆਪਾਂ ਇਸ ਗੱਲ ਨੂੰ ਥੋੜਾ ਅੱਗੇ ਤੋਰੀਏ ਜਿੱਥੇ ਗਰਲਸ ਵੀ ਨੇ ਜੋ ਡਾਂਸ ਕਰਦੀਆਂ ਨੇ ਉੱਥੇ ਵੀ ਹਦਾਇਤਾਂ ਨੇ ਕਿ ਤੁਸੀਂ ਕਿਹੜੇ-ਕਿਹੜੇ ਰੂਲਸ ਦੇ ਮੁਤਾਬਿਕ ਡਾਂਸ ਕਰ ਸਕਦੀਆਂ ਹੋ ਮਤਲਬ ਕਈ ਵਾਰ ਇਹ ਮੰਨੂ ਆਉਂਦਾ ਕਿ ਭਾਰਤ ਵਰਗੇ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਮਤਲਬ ਜੇ ਕੰਮ ਲੁਕਮਾ ਵੀ ਚੱਲਦਾ ਪਿਆ ਕਿੰਨੀ ਮਾੜੀ ਗੱਲ ਹੈ ਮਤਲਬ ਇਸ ਤਰ੍ਹਾਂ ਦੇ ਹਾਲਾਤ ਅਸੀਂ ਪੈਦਾ ਕੀਤੇ ਹੋਏ ਨੇ ਕਿ ਇੱਕ ਲੜਕੀ ਨੂੰ ਆਪਣਾ ਜਿਸਮ ਵੇਚਣਾ ਪੈਂਦਾ ਰੋਟੀ ਖਾਣ ਵਾਸਤੇ ਇਹ ਤਾਂ ਇਹ ਗੱਲ ਹੈਗੀ ਹੈ ਮਜਬੂਰੀ ਵਾਸ ਹੋ ਗਈ ਸਾਰਾ ਕੁਝ ਹੋ ਰਿਹਾ ਕਿਉਂਕਿ ਗਰੀਬੀ ਵੀ ਹੈ ਔਰ ਦੂਜੀ ਗੱਲ ਹੈ ਕਿ ਤੁਸੀਂ ਜਦਾਂ ਦੱਸਿਆ ਕਿ ਪੁਰਾਣੇ ਸਮੇਂ ਤੋਂ ਚੱਲਦਾ ਆ ਰਿਹਾ ਔਰ ਇਹ ਜਿਆਦਾ ਕਰਕੇ ਮੈਟਰੋਪਲੀਟਨ ਜਿਹੜੇ ਸਿਟੀ ਨੇ ਉਹਨਾਂ ਚ ਜਿਸ ਨਾਲ ਬੰਬੇ ਹੈਗਾ ਬੰਬੇ ਦਾ ਏਰੀਆ ਦਿੱਲੀ ਚ ਰੈੱਡ ਲਾਈਟ ਏਰੀਆ ਨਾ ਹੁੰਦਾ ਪੂਨੇ ਚ ਹੈ ਕਾਫੀ ਜਗ੍ਹਾ ਤੇ ਬੜੀ ਜਗ੍ਹਾ ਤੇ ਹੈ ਜਿਤੇ ਜਿਤੇ ਤੁਸੀਂ ਪੜੋਗੇ ਪਤਾ ਲੱਗੂਗਾ ਔਰ ਉਹਦੇ ਨਾਲ ਕੁਝ ਜਿਹੜੇ ਸਟੇਟ ਆਉਂ ਕਾਫੀ ਬੱਚੇ ਨੇ ਇਸ ਕਰਕੇ ਬੱਚੇ ਕਿ ਲੋਕਾਂ ਜੋ ਪਰੰਪਰਾ ਨਹੀਂ ਰਹੀ ਔਰ ਉਥੇ ਇਨੀ ਗਰੀਬੀ ਵੀ ਨਹੀਂ ਜਿਸ ਤਰ੍ਹਾਂ ਪੰਜਾਬ ਚ ਨਹੀਂ ਤੁਹਾਨੂੰ ਮਿਲੇਗਾ ਇਸ ਤਰ੍ਹਾਂ ਦੀ ਗੱਲ ਪਰ ਪੰਜਾਬ ਚ ਜਿਹੜੀ ਇਸ ਵੇਲੇ ਆਵਾਜ਼ ਉੱਠੀ ਆ ਮਨੀਸ਼ਾ ਗੁਲਾਟੀ ਜਿਹੜੇ ਚੇਅਰਪਰਸਨ ਨੇ ਜਿਹੜਾ ਔਮਨ ਕਮਿਸ਼ਨ ਦੇ ਉਹਨਾਂ ਨੇ ਕਿਹਾ ਕਿ ਕਾਨੂੰਨ ਦੀ ਦਾਸਤਕਾਰ ਬਣਦਾ ਹੈ ਔਰ ਸੁਪਰੀਮ ਕੋਰਟ ਸਾਡੀ ਸਭ ਤੋਂ ਵੱਡੀ ਸਰਵੋਚ ਅਦਾਲਤ ਆ ਅਸੀਂ ਉੱਤੇ ਉਸ ਦਾ ਫੈਸਲੇ ਤੇ ਫਲ ਚੜਾਉਣੇ ਹਨ ਪਰ ਹੋ ਸਕਦਾ ਕਿ ਅੰਦੇ ਮੂੜ ਵਿਚਾਰੇ ਤੇ ਕੀਤਾ ਜਾ ਸਕੇ ਕਿ ਇਹਨੂੰ ਕਿਸੇ ਤਰੀਕੇ ਨਾਲ ਹੋਰ ਤਰੀਕੇ ਨਾਲ ਇਹਨੂੰ ਇਹਦਾ ਹੱਲ ਕੀਤਾ ਜਾਵੇ ਕਿਉਂਕਿ ਇਹਦਾ ਹੱਲ ਇਹ ਹੋ ਸਕਦਾ ਕਿ ਜੇ ਉਹਨਾਂ ਨੂੰ ਆਤਮ ਨਿਰਭਰ ਬਣਾਇਆ ਜਾਵੇ ਉਸ ਉਹਨਾਂ ਔਰਤਾਂ ਨੂੰ ਜਿਹੜੀਆਂ ਇਸ ਕੰਮ 'ਚ ਇਸ ਕੰਮ 'ਚ ਸੈਕਸ ਵਰਕਰ ਦੇ ਤੌਰ ਤੇ ਕੰਮ ਕਰ ਰਹੀਆਂ ਜਿਉ ਉਹਨਾਂ ਨੂੰ ਪੈਸਾ ਤੇ ਲਾ ਹੋਰ ਫੰਡਿੰਗ ਦੇ ਕੇ ਉਹਨਾਂ ਨੂੰ ਕਿਸੇ ਹੋਰ ਤਰੀਕੇ ਨਾਲ ਕੰਮ ਤੇ ਲਾਇਆ ਜਾਵੇ ਉਹਨਾਂ ਦਾ ਘਰ ਚਲਾਉਣ ਲਈ ਇਹ ਸਰਕਾਰ ਦੇ ਵੱਸ ਦੀ ਗੱਲ ਹੈ ਸੈਂਟਰ ਸਰਕਾਰ ਕਰੇ ਜਾਂ ਉਥੋਂ ਦੀ ਸਟੇਟ ਸਰਕਾਰ ਵੀ ਕਰੇ ਉਹਨਾਂ ਦੇ ਹੱਥ ਵਿੱਚ ਹੈ ਇਹ ਆਮ ਬੰਦੇ ਦੇ ਕੰਮ ਦਾ ਵੱਸ ਨਹੀਂ ਹੈਗਾ ਜਿਸ ਗਵਰਨਮੈਂਟ ਨੇ ਕੰਮ ਕਰਨਾ ਜਾਂ ਵੈਲਫੇਅਰ ਕਮੇਟੀਆਂ ਜੋ ਐਨ ਜੀਓ ਨੇ ਉਹ ਕੁਛ ਇਦਾਂ ਦੇ ਕਰ ਸਕਦੇ ਆ ਅਡਾਪਟਡ ਵਿਲੇਜ ਆ ਕੁਝ ਲੋਕ ਜਿਹੜੇ ਐਮ ਪੀ ਆ ਜਿਹੜੇ ਮੈਂਬਰ ਪਾਰਲੀਮੈਂਟ ਆ ਉਹਨਾਂ ਕੋ ਫੰਡਿੰਗ ਹੁੰਦੀ ਪੈਸੇ ਦੀ ਉਸ ਇਲਾਕੇ ਦੀ ਉਹ ਪੈਸਾ ਇਨਵੈਸਟ ਹੋ ਸਕਦਾ ਜਿਸ ਤਰ੍ਹਾਂ ਆਪਣੇ ਪੰਜਾਬ ਚ ਸੰਤੋਖ ਚੌਧਰੀ ਜੀ ਉਹਨਾਂ ਨੇ ਗੰਨਾ ਪਿੰਡਕ ਉਥੇ ਕੋਈ ਨਸ਼ੀਦਾ ਬੜਾ ਚੱਲ ਰਿਹਾ ਸੀ ਇਸ ਤਰ੍ਹਾਂ ਦਾ ਸਕੈਮ ਉਹਨਾਂ ਨੇ ਉਹ ਅਡਾਪਟਰ ਕੀਤਾ ਸੀ ਉਹਦੇ ਵਿੱਚ ਉਹਨਾਂ ਲੋਕਾਂ ਨੂੰ ਪੈਸਾ ਦਿੱਤਾ ਉਹਦੇ ਵਿੱਚ ਲੋਕਾਂ ਨੂੰ ਕੰਮ ਕਰਵਾਉਣ ਲਈ ਤੁਸੀਂ ਆਹ ਕੰਮ ਕਰ ਲਓ ਇੱਥੇ ਇੱਥੇ ਆਹ ਛੋਟੇ ਮੁੱਟੀ ਕਾਰਪੋਰੇਟ ਇੰਡਸਟਰੀ ਲਾ ਲਓ ਇਦਾਂ ਦੇ ਵਿੱਚ ਬਿਲਕੁਲ ਸਹੀ ਗੱਲ ਹੈ ਉਹਨਾਂ ਨੇ ਅਡਾਪਟਡ ਹੈ ਪਿੰਡਾਂ ਦੇ ਸਰਪੰਚ ਕਰ ਸਕਦੇ ਕਈ ਤਰ੍ਹਾਂ ਦੀਆਂ ਹੈਗੀਆਂ ਚੀਜ਼ਾਂ ਦੇਖੋ ਸਰ ਗੱਲ ਇਦਾਂ ਹੈ ਬਲਕਾਰ ਜੀ ਹਿਊਮਨ ਨੇਚਰ ਹੈ ਆਹ ਔਰ ਇਹ ਨਹੀਂ ਕਿ ਪੰਜਾਬ ਵਿੱਚ ਨਹੀਂ ਹੁੰਦਾ ਹੋਵੇਗਾ ਪੰਜਾਬ ਵਿੱਚ ਵੀ ਹੁੰਦਾ ਹੋਵੇਗਾ ਆਹ ਲੁਕਮਾ ਹੁੰਦਾ ਹੋਵੇਗਾ ਛੁਪ ਕੇ ਚੱਲਦਾ ਹੋਵੇਗਾ ਸਭ ਜਗ੍ਹਾ ਚੱਲਦਾ ਹੈ ਆਹ ਸੋ ਅਸੀਂ ਤੇ ਇਹ ਵੀ ਦੇਖਦੇ ਆਫਿਸਿਸ ਦੇ ਵਿੱਚ ਚੱਲਦਾ ਹਮ ਆਊਟ ਆਫ ਦਾ ਵੇ ਤੁਹਾਨੂੰ ਪ੍ਰੋਮੋਸ਼ਨ ਦੇ ਰਹੇ ਆ ਜੀ ਨਾ ਐਕਸਪਲੋਇਟ ਕਰਦੇ ਨੇ ਹਮ ਉਹ ਐਕਸਪਲੋਇਟੇਸ਼ਨ ਤਨਖਾਹ ਵਧਵਾਨੀ ਹੈ ਐਕਸਪਲੋਇਟ ਕਰਦੇ ਨੇ ਮਾਮਲੇ ਸਾਹਮਣੇ ਆਉਂਦੇ ਨੇ ਹਾਂ ਕਿਸ ਡਿਪਾਰਟਮੈਂਟ ਚ ਨਹੀਂ ਹੁੰਦਾ ਹਮ ਹਰ ਥਾਂ ਦੇ ਉੱਤੇ ਐਕਸਪਲੋਇਟੇਸ਼ਨ ਹੈ ਹਾਂ ਸੋ ਇਹ ਹਿਊਮਨ ਨੇਚਰ ਹੈ ਹਮ ਹੁਣ ਇਹ ਸੰਸਕਾਰਾਂ ਚ ਕਮੀ ਹੈ ਜਾਂ ਮਾਪੇ ਨੇ ਜਿਹੜੀ ਘਰੋਂ ਸਿੱਖਿਆ ਦਿੱਤੀ ਹੈ ਉਹਦੇ ਚ ਕਮੀ ਰਹਿ ਗਈ ਕਿ ਐਦਾਂ ਦੀ ਮਾਨਸਿਕਤਾ ਵਾਲੇ ਲੋਕ ਵੱਡੇ ਹੋ ਗਏ ਤੇ ਉਹ ਸਮਾਜ ਦੇ ਵਿੱਚ ਇਹੋ ਜਿਹੇ ਕੰਮ ਕਰਦੇ ਪਏ ਨੇ ਕੁਝ ਨਹੀਂ ਕਹਿ ਸਕਦੇ ਹੀ ਹਿਊਮਨ ਨੇਚਰ ਆ ਔਰ ਇਹ ਮੈਂ ਦਿਸਦਾ ਪਹਿਲਾਂ ਕਿ ਇਹ ਸ਼ੁਰੂ ਤੋਂ ਚੱਲੇ ਆ ਰਹੇ ਹੁਣ ਵੀ ਚੱਲਦਾ ਪਿਆ ਉਹਨਾਂ ਨੂੰ ਰੋਕਣਾ ਕਿਵੇਂ ਹੈ ਕੋਈ ਨਹੀਂ ਇਸ ਦਾ ਸੋਲੂਸ਼ਨ ਦੱਸ ਸਕਦਾ ਕਿਉਂਕਿ ਹਿਊਮਨ ਨੇਚਰ ਆ ਇਹਦੇ ਉੱਤੇ ਤੇ ਜੇ ਤੁਸੀਂ ਇਨਸਾਨ ਦੀਆਂ ਜਿਹੜੀਆਂ ਕਮਜ਼ੋਰੀਆਂ ਨੇ ਉਹਦੇ ਉੱਤੇ ਕੰਮ ਕਰੋ ਤਾਂ ਉਹ ਇਨਸਾਨ ਦਾ ਜਿਹੜੀ ਸ਼ਖਸੀਅਤ ਹੈ ਉਹਦੇ ਸੁਧਾਰ ਹੋ ਸਕਦਾ ਪਰ ਇਹ ਕਾਨੂੰਨੀ ਪੱਖ ਹੈ ਠੀਕ ਹੈ ਹੁਣ ਅਸੀਂ ਉਹਨਾਂ ਲੋਕਾਂ ਨੂੰ ਸਭ ਲੋਕਾਂ ਨੂੰ ਨਿੰਦੀਏ ਉਹਨਾਂ ਕਮਜ਼ੋਰੀਆਂ ਕਰਕੇ ਜੋ ਸਾਡੇ ਸਾਰਿਆਂ 'ਚ ਮੌਜੂਦ ਨੇ ਹੂੰ ਠੀਕ ਹੈ ਨਾ ਤੇ ਉਹ ਵੀ ਸਹੀ ਗੱਲ ਨਹੀਂ ਲੱਗਦੀ ਹੁਣ ਗੱਲ ਇੱਥੇ ਇਹ ਹੁੰਦੀ ਹੈ ਕਿ ਕਿਰਦਾਰ ਕਰੈਕਟਰ ਇੱਕ ਨੈਸ਼ਨਲ ਕਰੈਕਟਰ ਹੁਣ ਉਹ ਕਰੈਕਟਰ ਕਿੱਦਾਂ ਪੈਦਾ ਕੀਤਾ ਜਾਵੇ ਔਰ ਉਦੀ ਤਾਂ ਪਹਿਲੀ ਜਿਹੜੀ ਟ੍ਰੇਨਿੰਗ ਹੈ ਉਹ ਤਾਂ ਘਰੋਂ ਹੀ ਹੋਏਗੀ ਮਾਪੇ ਸੰਸਕਾਰ ਦੇਣਗੇ ਭਈ ਕਿੱਦਾਂ ਦਾ ਬੱਚਾ ਤਿਆਰ ਕਰਨਾ ਹੈ ਔਰ ਉਦਾਂ ਦਾ ਉਹ ਨਾਗਰਿਕ ਬਣ ਕੇ ਜਦੋਂ ਸਮਾਜ ਵਿੱਚ ਵਿਚਰੇਗਾ ਤਾਂ ਉਦਾਂ ਦਾ ਸਮਾਜ ਬਣਾਏਗਾ ਹੁਣ ਗੱਲ ਇਹ ਹੈ ਕਿ ਅਸੀਂ ਦੇਖਦੇ ਹਾਂ ਸਮਾਜ ਦੇ ਵਿੱਚ ਪੂਰਾ ਖਲੇਰਾ ਪਿਆ ਹੋਇਆ ਇੰਟਰਨੈਟ ਦੇ ਉੱਤੇ ਤੁਸੀਂ ਦੇਖਦੇ ਹੋ ਸਾਰਾ ਖਲੇਰਾ ਪਿਆ ਹੋਇਆ ਨੌਜਵਾਨ ਬੱਚੇ ਛੋਟੇ ਬੱਚੇ ਉਹਨਾਂ ਦੇ ਦਿਮਾਗ ਦੇ ਉੱਤੇ ਜੋ ਅਸਰ ਪੈਂਦਾ ਕਿਉਂਕਿ ਇੰਟਰਨੈਟ ਦੇ ਉੱਤੇ ਹਰ ਤਰ੍ਹਾਂ ਦਾ ਮਟੀਰੀਅਲ ਹੈ ਔਰ ਸਭ ਨੂੰ ਐਕ্সেਸੇਬਲ ਹੈ ਹਰ ਬੰਦੇ ਦੀ ਪਹੁੰਚ ਉੱਥੋਂ ਤੱਕ ਛੋਟੇ ਛੋਟੇ ਬੱਚਿਆਂ ਦੀ ਵੀ ਪਹੁੰਚ ਹੈ ਉੱਥੋਂ ਤੱਕ ਸੋ ਇਹ ਟੋਟਲ ਕੁੱਲ ਮਿਲਾ ਕੇ ਜਿਹੜਾ ਮਾਹੌਲ ਹੈ ਨਾ ਟੋਟਲ ਹੀ ਵਿਗੜਿਆ ਪਿਆ ਹੈ ਹੁਣ ਤੁਸੀਂ ਕਿੱਥੇ ਕਿੱਥੇ ਰੁਕੋਗੇ ਤੇ ਕਿੱਥੇ ਕਿੱਥੇ ਕੀ ਕੀ ਗੱਲ ਕਰੋਗੇ ਇਹ ਤੇ ਹੁਣ ਕੋਈ ਰੱਬੋਂ ਹੀ ਹੋਵੇ ਸਭ ਕੁਝ ਠੀਕ ਤੇ ਹੋਵੇ ਆਦਰਵਾਇਜ਼ ਬੰਦੇ ਦੇ ਵੱਸ ਦੀ ਗੱਲ ਨਹੀਂ ਹੈ ਹਾਂ ਬੰਦੇ ਦੇ ਵੱਸ ਦੀ ਗੱਲ ਜਿਹੜੀ ਆਪਾਂ ਕਰਨ ਲੱਗੇ ਆ ਕਾਨੂੰਨ ਦੀ ਗੱਲ ਸੁਪਰੀਮ ਕੋਰਟ ਨੇ ਕਿਹਾ ਹੈ ਠੀਕ ਹੈ ਤੇ ਕਾਨੂੰਨ ਦੇ ਮੁਤਾਬਿਕ ਸਾਨੂੰ ਉਹਨੂੰ ਫਾਲੋ ਕਰਨਾ ਚਾਹੀਦਾ ਕਿਸੇ ਨੂੰ ਵੀ ਤੰਗ ਨਹੀਂ ਕਰਨਾ ਚਾਹੀਦਾ ਪ੍ਰਸ਼ਾਸਨ ਨੂੰ ਵੀ ਤੰਗ ਨਹੀਂ ਕਰਨਾ ਚਾਹੀਦਾ ਉਹਨਾਂ ਸੈਕਸ ਵਰਕਰਸ ਨੂੰ ਹੁਣ ਕਈ ਲੋਕ ਨੇ ਇਹ ਸਵਾਲ ਉਠਾਉਂਦੇ ਨੇ ਕਿ ਕਿਸੇ ਵੀ ਸੁਸਾਇਟੀ ਦੇ ਵਿੱਚ ਸੈਕਸ ਵਰਕਰਸ ਹੁੰਦੇ ਕਿਉਂ ਨੇ ਹੋਣੇ ਨਹੀਂ ਚਾਹੀਦਾ ਜਿਵੇਂ ਤੁਸੀਂ ਵੀ ਇੱਕ ਗੱਲ ਕੀਤੀ ਹੈ ਕਿ ਕੋਈ ਹੋਰ ਕੰਮ ਉਹਨਾਂ ਨੂੰ ਦੇਣਾ ਚਾਹੀਦਾ ਕਿਤੇ ਹੋਰ ਇਨਵੈਸਟਮੈਂਟਸ ਹੋਣੀਆਂ ਚਾਹੀਦੀਆਂ ਨੇ ਸੋ ਇਹ ਵੀ ਇੱਕ ਪੁਆਇੰਟ ਹੈ ਕਿ ਸਭ ਨੂੰ ਇੱਕ ਰੋਜ਼ਗਾਰ ਮਿਲ ਜਾਏ ਵਧੀਆ ਤੇ ਕੋਈ ਮਜਬੂਰੀ ਨਾ ਹੋਵੇ ਇਸ ਕੰਮ ਨੂੰ ਕਰਨ ਨੂੰ ਤਾਂ ਬਿਲਕੁਲ ਸਹੀ ਗੱਲ ਹੈ ਇਸ ਤੋਂ ਵਧੀਆ ਹੋਰ ਕੋਈ ਗੱਲ ਹੋ ਨਹੀਂ ਸਕਦੀ ਜੇ ਕੋਈ ਵੀ ਮਜਬੂਰ ਨਾ ਹੋਵੇ ਕਿ ਲੜਕੀ ਨੂੰ ਆਪਣਾ ਜਿਸਮ ਨਾ ਵੇਚਣਾ ਪਵੇ ਰੋਟੀ ਖਾਣ ਪਿੱਛੇ ਉਹਨੂੰ ਕੋਈ ਕੰਮ ਮਿਲਵੇ ਕੋਈ ਰੋਜ਼ਗਾਰ ਮਿਲੇ ਉਹਨਾਂ ਦਾ ਸ਼ੌਕ ਨਹੀਂ ਮਜਬੂਰੀ ਹੈ ਮਜਬੂਰੀ ਹੈ ਜਦੋਂ ਇਹ ਕੰਮ ਕੀਤਾ ਜਾ ਰਿਹਾ ਉਹਨਾਂ ਨੂੰ ਪਤਾ ਕਿ ਮਗ੍ਹਾਈ ਅੰਤਾਂ ਦੀ ਹੈ ਫਿਰ ਰੈਂਟ ਜਿਹੜਾ ਉਹ ਕਿਤੇ ਦਾ ਕਿਤੇ ਗਿਆ ਹੈ ਨਾ ਤੇਲ ਪਾਣੀ ਜੋ ਘਰ ਦਾ ਦੁੱਧ ਪਾਣੀ ਸਾਰਾ ਕੁਝ ਇਕੱਠਾ ਕਰਨਾ ਹੁਣ ਉਹਨਾਂ ਦੀ ਇਹ ਬਣੀ ਮਜਬੂਰੀ ਔਰ ਇਹਨੂੰ ਜਿਹੜਾ ਜੇ ਇਹਨਾਂ ਨੇ ਕੋਖਿਆ ਵਾਚਿਆ ਸਾਡੀ ਮਾਨਯੋਗ ਸੁਪਰੀਮ ਕੋਰਟ ਸਰਵੋਚ ਅਦਾਲਤ ਆ ਉਹਨਾਂ ਨੇ ਵੈਸੇ ਜੇ ਫੈਸਲਾ ਦਿੱਤਾ ਤਾਂ ਕੋਈ ਹਾਸੂ ਹਿਣਾ ਫੈਸਲਾ ਨਹੀਂਗਾ ਇਹ ਤਾਂ ਉਹਨਾਂ ਦੀ ਹਮਦਰਦੀ ਔਰ ਸੰਮਤੀ ਨਾਲ ਮੇਲ ਖਾਂਦੀ ਗੱਲ ਹੈਗੀ ਆ ਕਿਉਂਕਿ ਇਹਦੇ ਵਿੱਚ ਜੇ ਅਸੀਂ ਆਏ ਨਾ ਦੇਖੀਏ ਜਿਹੜਾ ਬੰਦਾ ਤਾਂ ਪੈਸੇਦਾਰ ਆ ਪੈਸੇ ਵਾਲਾ ਦਾ ਜਿਹਨੇ ਲੋਕ ਬੈਠੇ ਨੇ ਜਿਹਨੇ ਕਾਰਪੋਰੇਟ ਆ ਉਹ ਵੈਸੇ ਇਹਨੂੰ ਜੇ ਕਰਨ ਤੇ ਇਹਨੂੰ ਇੰਪਰੂਵ ਕਰ ਸਕਦੇ ਆ ਇਹਨੂੰ ਦਿਸ਼ਾ ਦੇ ਸਕਦੇ ਕੋਈ ਵਧੀਆ ਤਰੀਕੇ ਦੀ ਜੇ ਸੋਚਣ ਜੇ ਹੁਣ ਸੁਪਰੀਮ ਕੋਰਟ ਤਾਂ ਉਹਨਾਂ ਨੂੰ ਕਹਿ ਨਹੀਂ ਸਕਦੀ ਜੇ ਕਹੇਗੀ ਤਾਂ ਸਰਕਾਰ ਕਹੋਗੀ ਮੌਕੇ ਦੀ ਸਰਕਾਰ ਕਹਿ ਸਕਦੀ ਹੈ ਉਹਨਾਂ ਨੂੰ ਮੀਟਿੰਗ ਰੱਖ ਲੈਣ ਉਹਨਾਂ ਨੂੰ ਬਿਠਾ ਲੈਣ ਪਿਆ ਬੜਾ-ਬੜਾ ਪੁੰਨ ਦਾ ਕੰਮ ਇਹਨਾਂ ਨੂੰ ਇਸ ਦਲਦਲ ਚੋਂ ਇਸ ਜਿਲ੍ਹੇ ਨੂੰ ਚੋਂ ਕੱਢੋ ਇਹਨਾਂ ਦੇ ਬੱਚਿਆਂ ਨੂੰ ਅੱਗੇ ਇਹ ਤਾਂ ਵਿਚਾਰੇ ਫਸ ਗਏ ਆ ਅਗਲੀ ਆਉਣ ਵਾਲੀ ਜਨਰੇਸ਼ਨ ਤੇ ਤਰਸ ਖਾ ਲੋ ਜਿਹੜੇ ਉਹਨਾਂ ਦੇ ਬੱਚੇ ਹੋਣਗੇ ਜੇ ਨਾਲ ਹੀ ਉਹ ਪੈਸਾ ਜਾ ਰਿਹਾ ਉਹ ਵਿਚਾਰੇ ਕਿੰਨੇ ਤਰਸ ਦੀ ਭਾਵਨਾ ਦੇ ਲੋਕ ਹੋਣਗੇ ਜੇ ਹਜੇ ਲਈ ਕੀਤਾ ਜਾਵੇ ਕੰਮ ਤੇ ਇਹ ਤੋਂ ਵੱਡਾ ਹੋਰ ਕੋਈ ਵੱਡਾ ਪੁੰਨ ਨਹੀਂ ਹੈਗਾ ਔਰ ਇਹ ਕਾਰ ਕਰ ਸਕਦੇ ਆ ਅਰਪਤੀ ਜਿੰਨਾ ਕੋਲ ਪੈਸਾ ਹੈ ਉਹੀ ਕਰ ਸਕਦਾ ਹੈ ਸਰਕਾਰਾਂ ਦੀ ਮਦਦ ਦੇ ਨਾਲ ਉਹ ਵੀ ਕਰ ਸਕਦੇ ਨੇ ਹਾਂ ਚਲੋ ਭਗਵੰਤ ਮਾਨ ਸਾਹਿਬ ਨੇ ਵੀ ਇੱਕ ਚੰਗਾ ਸਟੈਪ ਲਿੱਤਾ ਹੈ ਕਿ ਹੁਣ ਕਈ ਵਿਦੇਸ਼ੀ ਮੁਲਕਾਂ ਨੂੰ ਵਿਦੇਸ਼ੀ ਕੰਪਨੀਆਂ ਨੂੰ ਮਿਲਦੇ ਪੈਨੇ ਸਰਕਾਰਾਂ ਦੇ ਨਾਲ ਵਿਦੇਸ਼ ਦੀਆਂ ਸਰਕਾਰਾਂ ਦੇ ਨਾਲ ਗੱਲਬਾਤ ਕਰਦੇ ਪੈਨੇ ਕਿ ਉਹ ਪੰਜਾਬ ਦੇ ਅੰਦਰ ਆ ਕੇ ਇਨਵੈਸਟਮੈਂਟ ਕਰਨ ਪੂੰਜੀ ਨਿਵੇਸ਼ ਕਰਨ ਤਾਂ ਕਿ ਪੰਜਾਬ ਦਾ ਜੋ ਅਰਥਚਾਰਾ ਹੈ ਪੰਜਾਬ ਦੀ ਇਕਨੋਮੀ ਸਟੈਂਡ ਹੋ ਸਕੇ ਤਾਂ ਇਹ ਇੱਕ ਚੰਗਾ ਮੂਵ ਹੈ ਇਸ ਸਮਾਰਟ ਮੂਵ ਕਿ ਇੱਕ ਵਧੀਆ ਤਰੀਕੇ ਨਾਲ ਪੰਜਾਬ ਦੀ ਇਕਨੋਮੀ ਨੂੰ ਇੱਕ ਸਹੀ ਦਿਸ਼ਾ ਦੇਣ ਦੀ ਕੋਸ਼ਿਸ਼ ਹੋ ਰਹੀ ਹੈ ਅ ਦੇਖੋ ਆ ਜਿਹੜੀ ਗੱਲ ਕੀਤੀ ਭਗਵੰਤਪਾਨ ਜੀ ਨੇ ਬੜਾ ਅੱਛਾ ਇਨੀਸ਼ੀਏਟਿਵ ਲਿਆ ਇਨੀਸ਼ੀਏਟਿਵ ਕਿਉਂਕਿ ਇਸ ਕਰਕੇ ਲਿਆ ਕਿ ਜਿਹੜੇ ਬਾਹਰਲੇ ਦੇਸ਼ ਨੇ ਜਿੰਨੇ ਵੀ ਡਵੈਲਪ ਕੰਟਰੀ ਹੈ ਜੋ ਨਾਲ ਜਰਮਨ ਦੇ ਜਿਹੜੇ ਮੰਤਰੀ ਆ ਉਹਨਾਂ ਨਾਲ ਗੱਲਬਾਤ ਕੀਤੀ ਆ ਇੰਗਲੈਂਡ ਦੇ ਮੰਤਰੀ ਉਹਨਾਂ ਨਾਲ ਗੱਲ ਕੀਤੀ ਆ ਉਦਯੋਗ ਨੂੰ ਜਿਹੜਾ ਬੜਾਵਾ ਦੇਣ ਲਈ ਪਰਫੁੱਲਤ ਕਰ ਲਈ ਪਰ ਇਹ ਜਿਹੜੇ ਦੇਸ਼ ਪੰਜਾਬ ਨੂੰ ਵੈਸੇ ਥੋੜੀ ਤਰਜੀਹ ਜ਼ਿਆਦਾ ਦੇਂਦੇ ਆ ਉਹਨਾਂ ਨੂੰ ਪਤਾ ਉੱਥੇ ਬੈਠਿਆਂ ਨੂੰ ਕਿ ਇੱਥੇ ਜੇ ਅਸੀਂ ਕੋਈ ਕੰਮ ਲਾਂਚ ਕਰਤਾ ਤੇ ਇਹ ਬਿਲਕੁਲ ਸਕਸੈਸਫੁਲ ਰਹੂਗਾ ਇਹਦੇ ਵਿੱਚ ਕਾਮਯਾਬ ਰਹੇਗੀ ਸਾਡੀ ਕਾਮਯਾਬੀ ਪਰ ਜੇ ਬਾਹਲੇ ਸੂਬੇਂ ਚ ਕਰਨੀ ਤਾਂ ਇਹਨਾਂ ਨੂੰ ਪਤਾ ਕਿ ਉੱਥੇ ਜਿਹੜਾ ਪੈਸਾ ਲਾ ਕੇ ਅਸੀਂ ਉੱਥੇ ਇਹਨਾਂ ਕੁਝ ਖਟਾਂਗੇ ਨਹੀਂ ਤੇ ਉਹਦੇ ਵਿੱਚ ਇਹਨਾਂ ਨੇ ਅੱਛਾ ਸੰਕੇਤ ਦਿੱਤਾ ਇਹਨਾਂ ਨੂੰ ਕਿ ਅਸੀਂ ਇਹਦੇ ਵਿੱਚ ਸ਼ੁਰੂ ਕਰ ਰਹੇ ਹਾਂ ਪਰ ਇਹਦੇ ਚ ਇਹਨਾਂ ਨੇ ਇਹ ਕਿਹਾ ਭਗਵੰਦ ਮਾਨ ਜੀ ਨੇ ਕਿ ਜਿਹੜੇ ਯੂਥ ਨੇ ਜਿੰਨੇ ਮੁੰਡੇ ਬੇਰੁਜ਼ਗਾਰ ਸ਼ਹਿਰਾਂ ਦੇ ਪਿੰਡਾਂ ਚ ਘੁੰਮ ਰਹੇ ਆ ਇਹਨਾਂ ਨੂੰ ਇਸ ਪਾਸੇ ਲਾਇਆ ਜਾਵੇ ਇੰਡਸਟਰੀ ਲਈ ਇਹਦੇ ਵਿੱਚ ਇਹਨਾਂ ਨੇ ਕਿਹਾ ਕਿ ਅਸੀਂ ਵੀ ਪੈਸਾ ਕੁਝ ਨਾ ਕੁਝ ਛੋਟਾ ਮੋਟਾ ਲਾਵਾਂਗੇ ਤੁਹਾਡੀ ਜਗਾ ਦਿਈਏ ਜਾਂ ਕੁਝ ਕਰੀਏ ਦੁਚਾਇਨਾ ਨੇ ਕਿਹਾ ਕਿ ਜਿਹੜਾ ਨਸ਼ਾ ਇੱਥੇ ਜ਼ਿਆਦਾ ਵੱਧ ਰਿਹਾ ਵਾ ਜਿਹੜੇ ਬੱਚੇ ਫਰਸਟ੍ਰੇਟ ਆ ਕੰਮ ਤੋਂ ਪੈਣਾ ਬੇਰਜ਼ਗਾਰ ਹੋ ਕੇ ਨਸ਼ਿਆਲੇ ਪਾਸੇ ਚੱਲ ਜਾਂਦੇ ਆ ਇਹ ਵੀ ਇੱਕ ਬੜਾ ਵੱਡਾ ਪਹਿਲੂ ਆ ਕਿ ਜਿਹੜੇ ਬੱਚੇ ਬਿਲਕੁਲ ਵਿਹਲੇ ਤੁਰੇ ਫਿਰਦੇ ਆ ਉਹਨਾਂ ਦਾ ਧਿਆਨ ਫੇਰ ਨਸ਼ਿਆਲੇ ਚੱਲ ਜਾਂਦਾ ਉਹ ਵਿਹਲਾ ਮਨ ਸ਼ੈਤਾਨ ਦਾ ਚਰਖਾ ਬਣ ਕੇ ਉਹ ਉਸ ਪਾਸੇ ਆ ਜਾਂਦੇ ਆ ਔਰ ਨਸ਼ੇ ਵੀ ਇਦਾਂ ਦੇ ਮਾਰੂ ਆ ਕਿ ਜਿਹੜੇ ਬੱਚੇ ਉਹ ਬਚ ਨਹੀਂ ਸਕਦੇ ਉਹਨਾਂ ਚੋਂ 2-3 ਮਹੀਨਿਆਂ ਚ ਬਸ ਫਾਟ ਹੋ ਜਾਂਦੇ ਆ ਔਰ ਰੋਜ਼ ਆਪਾਂ ਖ਼ਬਰ ਪੜਦੇ ਕਿੰਨੇ ਬੱਚੇ ਜਿਹੜੇ ਚਿੱਟੇ ਨਾਲ ਖਤਮ ਹੋ ਰਹੇ ਆ ਉਹਨਾਂ ਦਾ ਕੋਈ ਵੀ ਸਰੀਰ ਦਾ ਅੰਗ ਨਹੀਂ ਜਿੱਥੇ ਸਿਰੰਜ ਨਾ ਕੋ ਲਵਾਈ ਹੋਵੇ ਉਹਨਾਂ ਸਾਰੇ ਸਰੀਰ ਦੇ ਵਿੱਚ ਲਾੜਾਂ ਚ ਸਿਰੰਜ ਲਾ ਲਾ ਕੇ ਇੱਕ ਵਾਰੀ ਬਿਮਾਰਤਾ ਹੈ ਗਿਆ ਲੋਕਾਂ ਨੂੰ ਨਾਲ ਬਿਮਾਰ ਇੱਕ ਵਾਰੀ ਇਕਨੋਮੀ ਸਟਰੋਂਗ ਹੋ ਜਾਵੇ ਨਾ ਇਹ ਸਭ ਖੁੱਲ ਜਾਵੇ ਇਨਵੈਸਟਮੈਂਟਸ ਹੋ ਜਾਣ ਬਲਕਿ ਜਿਹੜੇ ਪੰਜਾਬ ਦੇ ਅੰਦਰ ਵੀ ਵੱਡੇ ਵੱਡੇ ਪੂੰਜੀਪਤੀ ਬੈਠੇ ਨੇ ਭਾਰਤ ਦੇ ਅੰਦਰ ਵੀ ਬੜੇ ਵੱਡੇ ਪੂੰਜੀਪਤੀ ਬੈਠੇ ਨੇ ਉਹਨਾਂ ਨੂੰ ਵੀ ਮਿਲ ਕੇ ਕੁਝ ਨਾ ਕੁਝ ਐਫਰਟ ਕਰਨੇ ਚਾਹੀਦੇ ਨੇ ਔਰ ਕੁਝ ਹੁੰਦਾ ਹੈ ਕਿ ਜਿੱਦਾਂ ਗਵਰਨਮੈਂਟ ਵੱਲੋਂ ਬੌ ਇਸ਼ੂ ਹੋ ਜਾਂਦੇ ਆ ਜਿਹਦੇ ਵਿੱਚ ਇੱਕ ਪਬਲਿਕ ਸੈਕਟਰ ਕੰਪਨੀਆਂ ਬਣ ਜਾਂਦੀਆਂ ਨੇ ਮਤਲਬ ਉਹਦੇ ਚ ਸਾਰੇ ਸ਼ੇਅਰ ਹੋਲਡਰ ਹੋ ਸਕਦੇ ਆ ਮੰਨ ਲਓ ਤੁਸੀਂ 1000 ਰੁਪਏ ਲਗਾਉਂਦੇ ਹੋ ਮੈਂ 500 ਰੁਪਏ ਲਗਾਣਾ ਕੋਈ 100 ਰੁਪਏ ਲਗਾਉਂਦਾ ਉਹ ਸਾਰੇ ਸ਼ੇਅਰ ਹੋਲਡਰ ਹੋ ਗਏ ਉਹ ਇੱਕ ਪੂਲ ਬਣਾ ਲਿਆ ਉਹਦੇ ਚ ਕਾਫੀ ਪੈਸਾ ਆ ਗਿਆ ਉਹਦੇ ਨਾਲ ਇੱਕ ਇੰਡਸਟਰੀ ਸ਼ੁਰੂ ਕਰ ਦਿੱਤੀ ਹਾਂ ਠੀਕ ਹੈ ਇਹ ਵੀ ਗਵਰਨਮੈਂਟ ਕਰ ਸਕਦੀ ਹੈ ਮੈਥਡਸ ਤਾਂ ਬਹੁਤ ਨੇ ਗੱਲ ਇਹ ਹੈ ਕਿ ਨੀਅਤ ਹੁਣ ਗਵਰਨਮੈਂਟ ਦੀ ਨੀਅਤ ਸਹੀ ਆ ਗਵਰਨਮੈਂਟ ਦੀ ਨੀਅਤ ਸਹੀ ਆ ਇਸ ਕਰਕੇ ਨੀਤੀਆਂ ਵੀ ਸਹੀ ਬਣ ਗਈਆਂ ਸੋ ਹਰ ਇਨਸਾਨ ਆਮ ਲੋਕ ਇਨਵੋਲ ਹੋ ਸਕਦੇ ਨੇ ਜਿਸ ਤਾ ਤੁਸੀਂ ਦੇਖਦੇ ਹੋ ਕਿ ਵੱਡੀਆਂ ਵੱਡੀਆਂ ਕੰਪਨੀ ਆਪਣੀਆਂ ਸ਼ੇਅਰਸ ਦਿੰਦੀਆਂ ਨੇ ਪੰਜਾਬ ਗੌਰਮੈਂਟ ਆਪਣੇ ਸ਼ੇਅਰਸ ਦੇ ਸਕਦੀ ਹੈ ਬੇਸ਼ੱਕ ਇਸ ਵਕਤ ਕਾਟੇ ਚ ਜਾ ਰਹੀ ਹੈ ਕੰਪਨੀ ਜੇ ਪੰਜਾਬ ਨੂੰ ਇੱਕ ਕੰਪਨੀ ਦੇ ਰੂਪ ਵਿੱਚ ਲਈ ਹੈ ਬੇਸ਼ੱਕ ਕਾਟੇ ਜਾ ਰਹੀ ਹੈ ਪਰ ਚਾਂਸਸ ਹੈਗੇ ਨੇ ਕਿਉਂਕਿ ਪੋਟੈਂਸ਼ੀਅਲ ਹੈ ਹਮ ਲੋਕਾਂ ਦੇ ਵਿੱਚ ਕੰਮ ਕਰਨ ਦਾ ਜਜ਼ਬਾ ਵੀ ਹੈਗਾ ਕਿਉਂਕਿ ਪੰਜਾਬੀ ਵਿਦੇਸ਼ਾਂ ਚ ਜਾ ਕੇ ਵੱਡੇ ਵੱਡੇ ਮੁਲਕਾਂ ਚ ਜਾ ਕੇ ਉੱਥੇ ਅਰਬਪਤੀ ਬਣ ਜਾਂਦੇ ਨੇ ਤੇ ਫਿਰ ਆਪਣਾ ਮੁਲਕ ਹੈ ਆਪਣੇ ਆਪਣਾ ਘਰ ਹੈ ਆਪਣਾ ਪੰਜਾਬ ਆਪਣਾ ਖਿੱਤਾ ਹੈ ਤਾਂ ਕਿਉਂ ਨਹੀਂ ਪੋਟੈਂਸ਼ੀਅਲ ਹੈਗਾ ਸੋ ਸਭ ਨੂੰ 파ਟਨਰ ਬਣਾ ਕੇ ਇੱਕ ਨਵਾਂ ਇਨੀਸ਼ੀਏਟਿਵ ਲਿਆ ਜਾ ਸਕਦਾ ਇੱਕ ਐਸੀ ਇੰਡਸਟਰੀ ਖੋਲ ਸਕਦੇ ਨੇ ਮਾਨ ਸਾਹਿਬ ਸੀਐਮ ਸਾਹਿਬ ਇਹ ਇਨੀਸ਼ੀਏਟਿਵ ਲੈ ਸਕਦੇ ਨੇ ਇਹਨਾਂ ਕੋਲ ਬੜੇ ਅੱਛੇ ਇਕਨੋਮਿਸਟ ਬੈਠੇ ਨੇ ਅਸੀਂ ਤੇ ਇੱਕ ਆਈਡੀਆ ਦੇ ਰਹੇ ਹਾਂ ਇਸ ਆਈਡੀਆ ਨੂੰ ਇੰਪਲੀਮੈਂਟ ਕਰਨ ਵਾਸਤੇ ਇਕਨੋਮਿਸਟ ਬੈਠੇ ਨੇ ਇੱਕ ਕੰਪਨੀ ਸ਼ੁਰੂ ਕੀਤੀ ਜਾ ਸਕਦੀ ਹੈ ਜੋ ਪਬਲਿਕ ਸੈਕਟਰ ਦੇ ਵਿੱਚ ਹੋਵੇ ਸਾਰੇ ਸ਼ੇਅਰਹੋਲਡਰ ਹੋਣ ਉਹਦੇ ਵਿੱਚ ਤੇ ਅਕੋਰਡਿੰਗ ਟੂ ਪ੍ਰੋਫਿਟ ਉਸ ਆਪਣ ਨੂੰ ਸ਼ੇਅਰ ਵੀ ਮਿਲੇਗਾ ਪਰਸੈਂਟੇਜ ਆਉਂਦੀ ਜਾਏਗੀ ਜਿੰਨੀ ਵੀ ਆਏਗੀ ਪਰ ਫਿਲਹਾਲ ਇਹ ਪੰਜਾਬ ਦੇ ਮਤਲਬ ਪੰਜਾਬ ਦੇ ਮਾਹੌਲ ਨੂੰ ਬਿਹਤਰ ਬਣਾਉਣ ਵਾਸਤੇ ਹੈ ਠੀਕ ਹੈ ਨਾ ਇਸ ਇਸ ਭਾਵਨਾ ਦੇ ਨਾਲ ਸ਼ੁਰੂ ਕੀਤੀ ਜਾ ਸਕਦੀ ਹੈ ਬਹੁਤ ਰਸਤੇ ਨੇ 1001 ਵੇਜ਼ ਇਨ 1001 ਰਸਤੇ ਨੇ ਇਕਨੋਮੀ ਨੂੰ ਖੜਾ ਕਰਨ ਦੇ ਬਸ ਇਨੀਸ਼ੀਏਟਿਵ ਲੈਣ ਦੀ ਲੋੜ ਹੈ ਇਹਦੇ ਨਾਲ ਪਰ ਇੱਕ ਹੋਰ ਇੱਕ ਪਲੱਸ ਪੁਆਇੰਟ ਉਹ ਵੀ ਹੈਗਾ ਕਿ ਜਿਹੜੇ ਸਾਡੇ ਐਨਆਰਏ ਵੀਰ ਨੇ ਪ੍ਰਵਾਸੀ ਪਾਪੀ ਨੇ ਉਹਨਾਂ ਦਾ ਇਹ ਦਿਵਾਲ ਬਹੁਤ ਉਹ ਆ ਸਕਦੇ ਜੀ ਉਹਨਾਂ ਨੂੰ ਮਾੜਾ ਜਿਹਾ ਸੱਦਾ ਦਿੱਤਾ ਜਾਵੇ ਕਿਉਂਕਿ ਉਹਨਾਂ ਦੀ ਧਰਤੀ ਉਹਨਾਂ ਦਾ ਪੰਜਾਬ ਆ ਜੇ ਉਹਨਾਂ ਨੂੰ ਕਿਹਾ ਜਾਵੇ ਕਿ ਜੇ ਐਨ ਆਰ ਆਈ ਜਿਹੜੇ ਇਕੱਠੇ ਹੋ ਕੇ ਇੱਥੇ ਕਿਉਂਕਿ ਬਾਕੀ ਜਿਹੜੇ ਉਜਗ ਮੰਤਰੀ ਉਹ ਆ ਕੇ ਉਹਨਾਂ ਨਾਲ ਡਿਸਕਸ ਹੋ ਗਿਆ ਉਹ ਚਾਹੁੰਦੇ ਇੰਡਸਟਰੀ ਰੋਣਾ कॉटन ਇੰਡਸਟਰੀ ਜਾਂ ਖੇਤੀਬਾੜੀ ਨਾਲ ਰਿਲੇਟਡ ਬਿਲਕੁਲ ਸਹੀ ਤੁਸੀਂ ਵੀ ਉਹਦਾ ਹਿੱਸੇਦਾਰ ਬਣੋ ਕਿਉਂ ਨਹੀਂ ਜਿਹੜੇ ਕੰਟਰੀ ਦੇ ਜਿਹ ਹੁਣ ਜਰਮਨ ਚ ਆਏ ਆ ਤੇ ਜਰਮਨ ਦੇ ਜਿੰਨੇ ਵੀ ਐਨ ਆਰ ਆਈ ਵੀਰ ਆ ਉਹਨਾਂ ਦੀ ਮੀਟਿੰਗ ਇਹਨਾਂ ਨੂੰ ਰੱਖਣੀ ਚਾਹੀਦੀ ਜਾਂ ਆਪ ਉੱਥੇ ਜਾਣ ਜਰਮਨ ਭਾਵੇਂ ਪਹੁੰਚ ਜਾਣਾ ਮੋਦੀ ਸਾਹਿਬ ਵੀ ਤੇ ਜਾਂਦੇ ਹੀ ਹਰ ਜਗ੍ਹਾ ਇਹਨਾਂ ਨੂੰ ਜਾਣਾ ਚਾਹੀਦਾ ਉਹਨਾਂ ਨਾਲ ਮਿਲਣਾ ਸੰਪਰਕ ਕਰਨ ਜਾਂ ਜਿਹੜੀ ਇੱਥੇ ਐਸੋਸੀਏਸ਼ਨ ਹੈਗੀ ਐ ਇੱਥੇ ਜਲੰਧਰ 'ਚ ਹੈਗੀ ਐ ਐਨ ਆਰ ਆਈ ਐਸੋਸੀਏਸ਼ਨ ਆ ਬਿਲਕੁਲ ਉਹਦੇ ਜਿਹੜੇ ਕਰਤਾ ਤਰਤਾ ਨੇ ਜਿਹੜੇ ਉਹਦੇ ਨੇਤਾ ਨੇ ਉਹਨਾਂ ਨਾਲ ਮਿਲ ਕੇ ਤੇ ਤੁਹਾਡੀ ਗੱਲ ਇਹ ਵਧੀਆ ਸੀ ਜਿਹੜੀ ਤੁਸੀਂ ਕਹਿ ਪਬਲਿਕ ਨਾਲ ਵੀ ਪੰਜਾਬ ਦੀ ਪਬਲਿਕ ਐਨ ਆਰ ਆਈ ਤੇ ਜਿਹੜੇ ਲੋਕ ਬਾਹਰਲੇ ਸਾਰੇ ਇੱਕ ਇੱਕ ਪੰਜਾਬ ਦੇ ਸਾਡੇ ਇੰਗਲੈਂਡ 'ਚ ਲੰਡਨ 'ਚ ਕਿੰਨੇ ਲੋਕ ਬੈਠੇ ਆ ਅਰਬਾ ਬਤੀ ਹੈ ਨਾ ਉਹ ਬਾਟਵਰਕ ਦੇ ਡਾਟ ਬਰਾਦਰਜ਼ ਬੈਠੇ ਆ ਕਿੰਨੇ ਲੋਕ ਬੈਠੇ ਨੇ ਅਮਰੀਕਾ ਵੀ ਭਰਿਆ ਪਿਆ ਔਰਚਰਡ ਉਹਨਾਂ ਦੇ ਬਗੀਚੀ ਉਹਨਾਂ ਦੇ ਬਿਲਕੁਲ ਸਹੀ ਉਹਨਾਂ ਕੋ ਵਾਈ ਜਹਾਜ਼ ਉਹਨਾਂ ਕੋ ਹੈਲੀਕਾਪਟਰ ਆ ਬੜੇ ਵੱਡੇ ਖੇਤ ਉਹਨਾਂ ਕੋਲ ਆਸਟ੍ਰੇਲੀਆ ਚ ਦੇਖ ਲਓ ਕਲੋਨੀਆ ਇਹਨਾਂ ਦੀ ਆਪਣੀ ਆਸਟ੍ਰੇਲੀਆ ਪੂਰਾ ਵੈਲਬਨ ਦੇਖ ਲਓ ਤੁਸੀਂ ਇੱਕ ਉਹ ਉਹਨਾਂ ਨਾਲ ਵੀ ਸੀ ਕਰਨ ਵੀਡੀਓ ਕਾਨਫਰੈਂਸ ਕਰ ਲੈ ਜੇ ਪੰਜਾਬ ਬਚੂਗਾ ਜੇ ਐਨ ਆਰ ਆ ਵੀਰਾਂ ਨੂੰ ਇੱਥੇ ਥੋੜਾ ਜਿਆਦਾ ਸਹਦਾ ਦਿੱਤਾ ਜਾਵੇ ਦੇਖੋ ਬਿਲਕੁਲ ਜਦੋਂ ਤੁਸੀਂ ਇਕਨੋਮੀ ਨੂੰ ਹੈਂਡਲ ਕਰਨਾ ਨਾ ਥਿੰਕ ਲਾਈਕ ਅ ਬਿਜ਼ਨਸਮੈਨ ਬਿਲਕੁਲ ਬਿਲਕੁਲ ਹਰ ਚੀਜ਼ ਨੂੰ ਜਦੋਂ ਬਿਜ਼ਨਸ ਵਾਕਨ ਲੈ ਕੇ ਚੱਲਦੇ ਹੋ ਨਾ ਉਦੋਂ ਤੁਸੀਂ ਬੋਟਲ ਲ ਕੱਲੇ ਖੇਤੀਬਾੜੀ ਤੇ ਨਹੀਂ रह ਸਕਦਾ ਪੰਜਾਬ ਇੰਡਸਟਰੀ ਰਹੇਗੀ ਤੇ ਨਾ ਇੱਥੇ ਰਹਿਣ ਦੇ ਵਿੱਚ ਛੋਟੀ ਮੋਟੀ ਇੰਡਸਟਰੀ ਨਹੀਂ ਖੇਤੀਬਾੜੀ ਦੇ ਖੇਤੀਬਾੜੀ ਦੇ ਆਧਾਰਿਤ ਇੰਡਸਟਰੀ ਆ ਉਹਦੇ ਨਾਲ ਜੋੜ ਕੇ ਬਿਲਕੁਲ ਜੋੜ ਕੇ ਖੇਤੀਬਾੜੀ ਦੇ ਜਿਹੜੀਆਂ ਪ੍ਰੋਡਕਟ ਹੋ ਜਿਹੜੀਆਂ ਡੇਰੀ ਦੀਆਂ ਪ੍ਰੋਡਕਟ ਉਹ ਸਾਰੇ ਨਾਲ ਨਾਲ ਲੱਗਦਾ ਜਿਹੜਾ ਸਾਡੇ ਕੋਲ ਮੁਰਗੀ ਪਾਲਣਾ ਉਹ ਸਭ ਕੁਝ ਮੱਛਲੀ ਪਾਲਣਾ ਸ਼ਹਿਦ ਦੀਆਂ ਮੱਖੀਆਂ ਨੇ ਬਹੁਤ ਕੁਝ ਹੈ ਸਾਰਾ ਕੁਝ ਇਕੱਠਾ ਕਰਨ ਇੱਥੇ ਪੈਸਾ ਬਚਾਲੇ ਨੇ ਮਸਾਲੇ ਨੇ ਮਸਾਲਿਆਂ ਦਾ ਕੰਮ ਸ਼ੁਰੂ ਹੋ ਸਕਦਾ ਲੇਡੀਜ਼ ਬਹੁਤ ਕੁਝ ਕਰ ਸਕਦੇ ਕੋਆਪਰੇਟਿਵ ਸੁਸਾਇਟੀਆਂ ਬਣਾ ਕੇ ਕਰ ਸਕਦੀਆਂ ਨੇ ਇਦਾਂ ਬਜ਼ੁਰਗ ਕਹਿੰਦੇ ਨੇ ਨਾ ਕਿ ਹਿੰਮਤ ਕਰੇ ਇਨਸਾਨ ਤਾਂ ਕੀ ਨਹੀਂ ਹੋ ਸਕਦਾ ਕਿਹੜਾ ਉਹ ਮਸਲਾ ਜਿਹੜਾ ਹੱਲ ਨਹੀਂ ਹੋ ਸਕਦਾ ਸਾਰੇ ਮਸਲੇ ਇਨਸਾਨ ਹੀ ਹੱਲ ਕਰਦੇ ਨੇ ਬਿਲਕੁਲ ਇਨਸਾਨ ਨੇ ਕਰਨੇ ਕਿਉਂ ਨਹੀਂ ਹੱਲ ਹੁੰਦੇ ਹਾਂ ਸੋ ਫਿਰ ਹੁਣ ਸਾਰੇ ਮਸਲੇ ਆਪਾਂ ਹੱਲ ਕਰਦੇ ਪਈਆਂ ਗੱਲਾਂ-ਬਾਤਾਂ ਦੇ ਨਾਲ ਡਾਲਰ ਮਹਿੰਗਾ ਡਾਲਰ ਇੱਥੇ ਆਉਣਗੇ ਇਨਵੈਸਟ ਹੋਣਗੇ ਔਰ ਪੰਜਾਬ ਦੇਖੋ ਕਿੰਨਾ ਖੁਸ਼ਹਾਲ ਹੁੰਦਾ ਕਿੰਨਾ ਅਰਸ਼ਾਂ ਨੂੰ ਜਾਂਦਾ ਪੰਜਾਬ ਸੋ ਅਸੀਂ ਚਾਹੁੰਦੇ ਹਾਂ ਕਿ ਪ੍ਰੈਕਟੀਕਲੀ ਹੁਣ ਸਾਰਾ ਕੁਝ ਹੱਲ ਹੋਵੇ ਕਿਉਂਕਿ ਜੇ ਸਾਡੇ ਸਾਰਿਆਂ ਦੇ ਮਨ 'ਚ ਇਹ ਗੱਲ ਹੈਗੀ ਹੈ ਕਿ ਇਹ ਹੱਲ ਹੋ ਸਕਦੇ ਨੇ ਤਾਂ ਵਾਕਈ ਹੱਲ ਹੋ ਸਕਦੇ ਨੇ ਬਿਲਕੁਲ ਚਲਿਏ ਫਿਰ ਸੋ ਬਿਲਕੁਲ ਜੀ ਔਰ ਤੁਸੀਂ ਵੀ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ ਔਰ ਆਪਣੇ ਵਿਚਾਰਾਂ ਦੇ ਉੱਤੇ ਫਿਰ ਅਸੀਂ ਤੁਹਾਡੇ ਨਾਲ ਹੋਰ ਵਿਚਾਰ ਕਰਾਂਗੇ ਬਹੁਤ-ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ